तप संजम तर्म ना कमाया सेवा साध ना जानिया हर राया कहो नानक हम नीच करमा सरन परे की राखो शर्मा बेसुमार अथाह अगणत अतुल जौ बुलावहु त्यौ नानक दास बोले सतनाम श्री वाहे गुरु साहिब जीओ सलोक महला तीजा खेत में आला उच्चिया कर उच्चा निर्णय महल भगति कर सर सज्जन पाहुण्या खेत में आला उच्चिया कर उच्चा निर्णय महल भगति कर सर सज्जन पाहुण्या बरसना ता बरस कणा बहुड़ बरस काहे नानक तिना बलिहारणा जिन गुरमुख पाया मन माहे महला तीजा मिठा सो जो पावदा सज्जन सो जे रास नानक गुरमुख जानिए जा को आप करे परगास पौड़ी प्रभ पास जन की अरदास तू सच्चा साई तू रखवाला सदा सदा हो तुद त्याई
ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬਰ ਸ਼ਤਰ ਤਖਤ ਦੇ ਮਾਲਕ ਵਾਲੀ ਦੋ ਜਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰੂ ਰੂਪ ਸਰ ਸੰਗਤ ਜੀ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ ਹੈ ਪੰਜ ਬਾਣੀਆਂ ਦਾ ਨਿਤਨੇਮ ਸੁਖਮਨੀ ਸਾਹਿਬ ਜੀ ਦੀ ਇਲਾਹੀ ਬਾਣੀ ਦਾ ਪਾਠ ਵਾਹਿਗੁਰੂ ਨਾਮ ਸਿਮਰਨ ਔਰ ਆਸਾ ਕੀ ਵਾਰ ਦੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਦੇ ਪਾਸੋਂ ਸ੍ਰਵਣ ਕੀਤਾ ਹੈ ਹੁਣ ਚੱਲ ਰਹੀ ਗੁਰਬਾਣੀ ਵਿਚਾਰ ਦਾ ਸਮਾਂ ਹੋਇਆ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਮੁਬਾਰਕ ਰਸਨਾ ਤੋਂ ਉਚਾਰਨ ਗੁਜਰੀ ਕੀ ਵਾਰ ਦੇ ਇਹ ਇਲਾਹੀ ਬਾਣੀ ਜਿਸ ਦੇ 21 ਨੰਬਰ ਪੌੜੀ ਦਾ ਪਾਠ ਔਰ ਉਸ ਦੇ ਨਾਲ ਲੱਗਦੇ ਦੋ ਸਲੋਕਾਂ ਦਾ ਪਾਠ ਆਪ ਜੀ ਨੇ ਸ੍ਰਵਣ ਕੀਤਾ ਹੈ ਇਹ ਦੋ ਸਲੋਕ ਔਰ ਪੌੜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੁਆਰਾ ਹੀ ਉਚਾਰਨ ਹੈ ਪਹਿਲੇ ਸਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਦੋ ਗੱਲਾਂ ਦਾ ਜ਼ਿਕਰ ਕਰਦੇ ਨੇ ਇੱਕ ਤੇ ਸਤਿਗੁਰੂ ਕਿਰਪਾ ਕਰਦੇ ਨੇ ਗੁਰੂ ਦੀ ਰਹਿਮਤ ਦੀ ਔਰ ਗੁਰੂ ਨੂੰ ਸਤਿਗੁਰਾਂ ਨੇ ਬੱਦਲ ਦੇ ਨਾਲ ਆਸਮਾਨ ਦੇ ਨਾਲ ਤੁਲਨਾ ਦਿੱਤੀ ਫਿਰ ਮਨੁੱਖ ਦੇ ਕਰਮਾਂ ਦਾ ਜ਼ਿਕਰ ਕਰਦੇ ਨੇ ਸਿੱਖ ਦੇ ਕਰਮਾਂ ਦਾ ਜ਼ਿਕਰ ਕੀਤਾ ਹੈ ਔਰ ਸਤਿਗੁਰਾਂ ਨੇ ਜਿਹੜੀ ਉਦਾਹਰਨ ਵਰਤੀ ਹੈ ਉਹ ਹੈ ਖੇਤੀਬਾੜੀ ਦੀ ਜਿਮੀਦਾਰੇ ਦੀ ਜਿਮੀਦਾਰੇ ਨੂੰ ਖੇਤੀਬਾੜੀ ਨੂੰ ਅੱਗੇ ਰੱਖ ਕੇ ਸਤਿਗੁਰੂ ਮਹਾਰਾਜ ਧਰਮ ਦਾ ਉਪਦੇਸ਼ ਸਿੱਖ ਦੀ ਝੋਲੀ ਦੇ ਵਿੱਚ ਪਾਉਂਦੇ ਨੇ ਉਦਾਹਰਨ ਖੇਤੀਬਾੜੀ ਦੀ ਦਿੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਆਮ ਤੌਰ 'ਤੇ ਜ਼ਿਆਦਾਤਰ ਜਿਮੀਦਾਰੇ ਦਾ ਕਰਤੱਵ ਮਸ਼ਹੂਰ ਹੈ ਖੇਤੀਬਾੜੀ ਮੇਨ ਕਾਰੋਬਾਰ ਇਹੀ ਹੈ ਤੋ ਸਤਿਗੁਰੂ ਮਹਾਰਾਜ ਖੇਤੀਬਾੜੀ ਨੂੰ ਅੱਗੇ ਰੱਖਦੇ ਨੇ ਅੱਜ ਦੇ ਇਸ ਸ਼ਬਦ ਦੇ ਵਿੱਚ ਇੱਕ ਤੇ ਗੁਰੂ ਦੀ ਕਿਰਪਾ ਦੀ ਗੱਲ ਉਹ ਬਾਅਦ ਦੇ ਵਿੱਚ ਮਗਰਲੀਆਂ ਪੰਕਤੀ ਪਹਿਲੀ ਪੰਕਤੀ ਦੇ ਵਿੱਚ ਸਤਿਗੁਰੂ ਮਹਾਰਾਜ ਸਿੱਖ ਦੇ ਬਾਰੇ ਜ਼ਿਕਰ ਕਰਦੇ ਨੇ ਔਰ ਸਿੱਖ ਦੇ ਬਾਰੇ ਜ਼ਿਕਰ ਕਰਦਿਆਂ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਖੇਤ ਮਿਆਲਾ ਉੱਚੀਆ ਮਿਆਲਾ ਕਹਿੰਦੇ ਨੇ ਵੱਟਾਂ ਦੇ ਤਾਂ ਸਤਿਗੁਰੂ ਕਹਿੰਦੇ ਨੇ ਜੋ ਜ਼ਿਮੀਦਾਰ ਆਪਣੇ ਖੇਤ ਦੀਆਂ ਵੱਟਾਂ ਨੂੰ ਉੱਚੀਆਂ ਕਰਦਾ ਜਦੋਂ ਬੱਦਲ ਵਰਸਦਾ ਹੈ ਵਰਖਾ ਹੁੰਦੀ ਏ ਉਸ ਜ਼ਿਮੀਦਾਰ ਦੇ ਖੇਤਾਂ ਦੇ ਵਿੱਚ ਫਿਰ ਪਾਣੀ ਰੁਕ ਜਾਂਦਾ ਵੱਟਾਂ ਬਹੁਤ ਉੱਚੀਆਂ ਸਨ ਵਰਖਾ ਹੋਈ ਉਹ ਖੇਤ ਭਰ ਗਿਆ ਪਾਣੀ ਦੇ ਨਾਲ ਪਾਣੀ ਕਿਸੇ ਹੋਰ ਪਾਸੇ ਗਿਆ ਨਹੀਂ ਇਤਨੀ ਗੱਲ ਤੇ ਸਪਸ਼ਟ ਹੈ ਕਿ ਗੁਰੂ ਦੀ ਰਹਿਮਤ ਵਰਖਾ ਦੇ ਵਰਗੀ ਗੁਰੂ ਦੀ ਕਿਰਪਾ ਵਰਖਾ ਦੇ ਜੈਸੀ ਔਰ ਵਰਖਾ ਦੇ ਕੁਝ ਗੁਣ ਨੇ ਇਹ ਗੁਰੂ ਦੇ ਵੀ ਕੁਝ ਗੁਣ ਨੇ ਉਦਾਸ ਆਪ ਜੀ ਦੇ ਸਾਹਮਣੇ ਰੱਖੇ ਜਿਵੇਂ ਵਰਖਾ ਸਾਰਿਆਂ ਥਾਵਾਂ ਤੇ ਹੁੰਦੀ ਏ ਗੁਰੂ ਦੀ ਕਿਰਪਾ ਤੇ ਸਾਰਿਆਂ ਤੇ ਹੁੰਦੀ ਵਰਖਾ ਦਾ ਇਹ ਨਹੀਂ ਕਿ ਇੱਕ ਥਾਂ ਤੇ ਹੋਈਏ ਤੇ ਦੂਸਰੇ ਤੇ ਨਹੀਂ ਜਦੋਂ ਵਰਖਾ ਹੁੰਦੀ ਏ
ਸਾਰੇ ਪਿੰਡ ਤੇ ਸਾਰੇ ਸ਼ਹਿਰ ਤੇ ਹੁੰਦੀ, ਬੜੀ ਦੂਰ ਤੱਕ ਵਰਖਾ ਹੁੰਦੀ। ਫਿਰ ਇਹ ਵੀ ਨਹੀਂ ਕਿ ਕਿਸੇ ਜਾਤ ਵਰਨ ਦੇ ਆਧਾਰ ਤੇ ਵਰਖਾ ਹੁੰਦੀ ਹੋਵੇ, ਇਹਨਾਂ ਦੇ ਘਰ ਦੇ ਵਿੱਚ ਹੋਣੀ, ਇਹਨਾਂ ਦੇ ਨਹੀਂ, ਇਹ ਉੱਚੀ ਜਾਤ ਵਾਲੇ ਨੇ, ਇਹ ਨੀਵੀਂ ਵਾਲੇ, ਇਹ ਪਰਮਾਤਮਾ ਨੂੰ ਮੰਨਣ ਵਾਲੇ ਨੇ, ਇਹ ਨਹੀਂ ਮੰਨਣ ਵਾਲੇ, ਇਹ ਪੜ੍ਹਿਆ ਲਿਖਿਆ ਹੈ, ਇਹ ਅਨਪੜ੍ਹ ਹੈ, ਇਸ ਤਰ੍ਹਾਂ ਦੇ ਨਾਲ ਵਰਖਾ ਨਹੀਂ ਹੁੰਦੀ। ਜਦੋਂ ਵਰਖਾ ਹੁੰਦੀ ਹੈ, ਮੀਂਹ ਪੈਂਦਾ ਹੈ, ਸਾਰੀਆਂ ਥਾਵਾਂ ਤੇ ਪੈਂਦਾ, ਸਾਰੀਆਂ ਜਗ੍ਹਾ ਤੇ ਪੈਂਦਾ। ਗੁਰੂ ਦੀ ਕਿਰਪਾ ਵੀ ਸਾਰਿਆਂ ਦੇ ਲਈ ਹੈ, ਕੋਈ ਇਸ ਤਰ੍ਹਾਂ ਦੇ ਨਾਲ ਗੁਰੂ ਦੀ ਕਿਰਪਾ ਦੀ ਵੰਡ ਨਹੀਂ ਕਰ ਸਕਦਾ ਕਿ ਇਹਦੇ ਤੇ ਕਰਨੀ ਹੈ, ਇਹਦੇ ਤੇ ਨਹੀਂ। ਸਤਿਗੁਰਾਂ ਦੇ ਤੇ ਪਾਵਨ ਬੋਲ ਨੇ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਪ੍ਰਭੂ ਦੀ ਨਦਰ ਵੀ ਸਾਰਿਆਂ ਦੇ ਉੱਪਰ ਹੈ, ਗੁਰੂ ਦੀ ਨਦਰ ਵੀ ਸਾਰਿਆਂ ਦੇ ਉੱਪਰ ਹੈ। ਵੱਡਾ ਛੋਟਾ, ਗਰੀਬ ਅਮੀਰ, ਇਹ ਮਨੁੱਖ ਦੇ ਖਿਆਲ ਦੇ ਵਿੱਚ ਹੋ ਸਕਦਾ, ਇਹ ਮਨੁੱਖ ਦੀ ਮਤ ਇਸ ਤਰ੍ਹਾਂ ਦੇ ਨਾਲ ਵੰਡੀਆਂ ਪਾ ਸਕਦੀ ਏ, ਗੁਰੂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵੰਡੀ, ਇਸ ਤਰ੍ਹਾਂ ਦਾ ਵਿਤਕਰਾ ਨਹੀਂ ਹੈ। ਔਰ ਜਿਸ ਦੇ ਮਨ ਦੇ ਵਿੱਚ ਵਿਤਕਰਾ ਹੋਵੇ, ਉਹ ਤੇ ਸਿੱਖ ਵੀ ਨਹੀਂ ਹੈ, ਗੁਰੂ ਤੇ ਬੜੀ ਦੂਰ ਦੀ ਗੱਲ, ਉਹ ਤੇ ਸਿੱਖ ਵੀ ਨਹੀਂ। ਜਿਹਦੇ ਮਨ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਵਿਤਕਰੇ ਹੋਣ, ਸਿੱਖ ਦਾ ਤੇ ਜੀਵਨ ਐਸਾ ਹੈ, ਉਹ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਨੂੰ ਪਾਣੀ ਪਿਲਾ ਸਕਦਾ, ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਨੂੰ ਪਾਣੀ ਭਾਈ ਕਨੱਈਆ ਜੀ ਪਿਲਾਉਂਦੇ ਨੇ। ਸਿੱਖ ਦਾ ਜੀਵਨ ਤੇ ਇਤਨਾ ਸਮਤਲ ਹੁੰਦਾ, ਇਸ ਤਰ੍ਹਾਂ ਦਾ ਹੈ। ਫਿਰ ਪੰਜਾਬੀ ਦੇ ਬਹੁਤ ਵੱਡੇ ਕਵੀ ਸੂਫੀ ਸੰਤ ਸਾਈਂ ਬੁੱਲੇ ਸ਼ਾਹ, ਉਹਨਾਂ ਨੇ ਖਾਲਸਾ ਪੰਥ ਦੇ ਬਾਰੇ ਲਿਖਿਆ ਹੈ, ਉਹ ਦਿਨ ਜਦੋਂ ਖਾਲਸੇ ਤੇ ਬੜੀਆਂ ਭੀੜਾਂ ਪਈਆਂ, ਕਲਗੀਧਰ ਪਿਤਾ ਮਹਾਰਾਜ ਉਹਨਾਂ ਦੇ ਸੱਚਖੰਡ ਪਿਆਨੇ ਤੋਂ ਬਾਅਦ ਖਾਲਸਾ ਬਹੁਤ ਸਮਾਂ ਇੱਧਰ ਉੱਧਰ ਜੰਗਲਾਂ ਦੇ ਵਿੱਚ ਉਹਨਾਂ ਨੇ ਸਮਾਂ ਬਤੀਤ ਕੀਤਾ। ਜੱਸਾ ਸਿੰਘ ਆਲੂਵਾਲੀਆ ਉਹਨਾਂ ਦੇ ਸਮਿਆਂ ਦੇ ਵਿੱਚ ਬੜੇ ਤਰ੍ਹਾਂ ਦੇ ਕਸ਼ਟ, ਬੜੇ ਤਰ੍ਹਾਂ ਦੇ ਤਸੀਹੇ, ਖਾਲਸੇ ਦੇ ਸਿਰਾਂ ਦੇ ਮੁੱਲ ਪੈਂਦੇ ਨੇ ਉਹਨਾਂ ਦਿਨਾਂ ਦੇ ਵਿੱਚ। ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿਣ ਨੂੰ ਥਾਂ ਤਾਂ ਕੋਈ ਨਹੀਂ, ਚਾਹੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਰਹਿਣ ਨੂੰ ਥਾਂ ਨਹੀਂ ਹੈ। ਕਈ ਕਈ ਦਿਨਾਂ ਤੱਕ ਸਿੰਘ ਫਾਕੇ ਗੁਜ਼ਾਰੇ ਕਰਦੇ ਨੇ, ਭੁੱਖਿਆਂ ਗੁਜ਼ਾਰਾ ਕਰਦੇ ਨੇ, ਪਰ ਜਦੋਂ ਕਿਧਰੇ ਉਹਨਾਂ ਨੂੰ ਕੁਝ ਮਿਲ ਜਾਂਦਾ ਹੈ। ਇਹ ਖਾਲਸੇ ਦਾ ਇਤਿਹਾਸ ਹੈ, ਇਹ ਗੁਰੂ ਦੇ ਸਿੱਖਾਂ ਦਾ ਇਤਿਹਾਸ ਹੈ। ਉਹ ਕਈ ਦਿਨਾਂ ਤੱਕ ਖੁਦ ਚਾਹੇ ਭੁੱਖੇ ਨੇ, ਪਰ ਜਦੋਂ ਉਹਨਾਂ ਨੂੰ ਕੁਝ ਖਾਣ ਦੇ ਲਈ ਕੁਝ ਭੋਜਨ ਪ੍ਰਸ਼ਾਦਾ ਮਿਲਦਾ ਹੈ, ਫਿਰ ਉਹਨਾਂ ਦਿਨਾਂ ਦੇ ਵਿੱਚ ਉਹ ਉਹਨਾਂ ਦਾ ਇਸ ਤਰ੍ਹਾਂ ਦਾ ਸੁਭਾਅ ਸੀ ਖਾਲਸੇ ਦਾ, ਉਹ ਉੱਚੀ ਆਵਾਜ਼ ਦੇ ਵਿੱਚ ਨਗਾਰਾ ਵਜਾਉਂਦੇ ਸਨ, ਤੇ ਨਗਾਰਾ ਵਜਾਇਆ ਜਾਂਦਾ ਸੀ ਪ੍ਰਸ਼ਾਦਾ ਤਿਆਰ ਹੋਣ ਤੋਂ ਬਾਅਦ ਤੇ ਵਰਤਾਵੇ ਤੋਂ ਪਹਿਲਾਂ, ਪ੍ਰਸ਼ਾਦਾ ਵਰਤਾਉਣ ਤੋਂ ਪਹਿਲਾਂ ਔਰ ਤਿਆਰ ਹੋਣ ਤੋਂ ਬਾਅਦ ਫਿਰ ਉੱਚੀ ਆਵਾਜ਼ ਦੇ ਵਿੱਚ ਨਗਾਰਾ ਵੱਜਦਾ। ਨਗਾਰਾ ਵੱਜ ਕੇ ਫਿਰ ਉੱਚੀ ਆਵਾਜ਼ ਦੇ ਵਿੱਚ ਹੋਕਾ ਦਿੱਤਾ ਜਾਂਦਾ, ਕੋਈ ਗੁਰੂ ਵਾਲਾ ਹੈ, ਕੋਈ ਲੋੜਵੰਦ ਹੈ ਤੇ ਉਹ ਇੱਥੇ ਹਾਜ਼ਰ ਹੋਵੇ, ਗੁਰੂ ਕਾ ਲੰਗਰ ਤਿਆਰ ਹੈ, ਜਿਸ ਨੂੰ ਲੋੜ ਹੋਵੇ ਛਕ ਕੇ ਜਾਵੇ, ਇਸ ਤਰ੍ਹਾਂ ਦੇ ਨਾਲ ਹੋਕਾ ਦਿੱਤਾ ਜਾਂਦਾ ਸੀ ਦੂਰ ਤੱਕ, ਜਿਤਨੀ ਆਵਾਜ਼ ਦੂਰ ਤੱਕ ਜਾ ਸਕੇ। ਤੋ ਜਿਹੜਾ ਵੀ ਕੋਈ ਆ ਜਾਂਦਾ ਹੈ ਫਿਰ ਲੰਗਰ ਦੇ ਵਿੱਚ ਉਸ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ। ਇਹ ਖਾਲਸੇ ਦੀ ਰਹਿਤ, ਇਹ ਖਾਲਸੇ ਦੇ ਇੱਦਾਂ ਕਹਿ ਲਈਏ ਦਇਆਵਾਨ ਹੋਣ ਦਾ ਸਬੂਤ। ਆਪ ਚਾਹੇ ਬਹੁਤ ਭੁੱਖ ਲੱਗੀ ਹੈ, ਕਈ ਦਿਨਾਂ ਤੋਂ ਭੁੱਖਾ ਹੈ, ਪਰ ਕੁਝ ਵੀ ਮਿਲਿਆ ਹੈ, ਤਿਆਰ ਕੀਤਾ ਹੈ, ਗੁਰੂ ਦੇ ਅੱਗੇ ਅਰਦਾਸ ਬੇਨਤੀ ਵੀ ਹੈ, ਨਗਾਰਾ ਵਜਾ ਕੇ ਫਿਰ ਨੇੜੇ ਨੇੜੇ ਹੋਕਾ ਵੀ ਦੇਣਾ ਹੈ, ਕਿਸੇ ਨੇ ਵੀ ਲੋੜ ਹੋਵੇ ਤੇ ਉਹ ਪ੍ਰਸ਼ਾਦਾ ਪਾਣੀ ਛਕ ਸਕਦਾ। ਜੰਗਾਂ ਯੁੱਧਾਂ ਦਾ ਸਮਾਂ ਹੈ, ਪਰ ਫਿਰ ਵੀ ਅੰਨ ਨੂੰ ਸਾਂਭ ਕੇ ਨਹੀਂ ਰੱਖਣਾ। ਇਹ ਚੀਜ਼ਾਂ ਨੂੰ ਜਦੋਂ ਬੁੱਲੇ ਸ਼ਾਹ ਦੇਖਦੇ ਨੇ, ਉਹਨਾਂ ਸਮਿਆਂ ਦੇ ਵਿੱਚ ਹੋਏ ਨੇ, ਤੇ ਬੁੱਲੇ ਸ਼ਾਹ ਉਹਨਾਂ ਦੇ ਫਿਰ ਮਨ ਦੇ ਵਿੱਚੋਂ ਦੋ ਬੋਲ ਨਿਕਲੇ ਖਾਲਸੇ ਦੀ ਮਹਿਮਾ ਦੇ ਵਿੱਚ, ਉਹ ਕਹਿੰਦੇ ਨੇ, ਇੱਟ ਖੜੱਕੇ ਦੁੱਕੜ ਵੱਜੈ ਤੱਤਾ ਹੋਵੇ ਚੁੱਲਾ, ਆਨ ਫਕੀਰ ਤੇ ਰਲ ਮਿਲ ਜਾਵਨ ਰਾਜੀ ਹੋਵੇ ਬੁੱਲਾ। ਉਹ ਕਹਿੰਦੇ ਨੇ ਇੱਟ ਖੜੱਕੇ ਦੁੱਕੜ ਵੱਜੈ, ਚਾਹੇ ਜੰਗਾਂ ਯੁੱਧ ਤੇ ਖਾਲਸੇ ਦੇ ਨਾਲ ਰੋਜ਼ ਹੁੰਦੇ ਨੇ, ਦਿਨ ਰਾਤ ਦੀ ਇਹ ਤੇ ਗੱਲ ਹੋ ਗਈ ਏ, ਪਰ ਤੱਤਾ ਹੋਵੇ ਚੁੱਲਾ,
ਜਦੋਂ ਖਾਲਸੇ ਦਾ ਚੁੱਲ੍ਹਾ ਤੱਤਾ ਹੁੰਦਾ ਏ ਭਾਵ ਲੋਹ ਲੰਗਰ ਤਪਦੇ ਨੇ ਬਣਦਾ ਏ ਗੁਰੂ ਕਾ ਲੰਗਰ ਫਿਰ ਜਿਹੜਾ ਵੀ ਕੋਈ ਨੇੜੇ ਫਕੀਰ ਕੋਈ ਲੋੜਵੰਦ ਆਉਂਦਾ ਏ ਉਹ ਛੱਕ ਕੇ ਜਾਂਦਾ ਸਾਈਂ ਬੁੱਲੇ ਸ਼ਾਹ ਕਹਿੰਦੇ ਨੇ ਇਹ ਗੱਲ ਬੁੱਲੇ ਨੂੰ ਬੜੀ ਚੰਗੀ ਲੱਗਦੀ ਰਾਜੀ ਹੋਵੇ ਬੁੱਲਾ ਇਹ ਗੱਲਾਂ ਦੇਖ ਕੇ ਖਾਲਸੇ ਦੇ ਇਹਨਾਂ ਗੁਣਾਂ ਨੂੰ ਦੇਖ ਕੇ ਬੁੱਲੇ ਸ਼ਾਹ ਬੜੇ ਪ੍ਰਭਾਵਿਤ ਨੇ ਦਰਅਸਲ ਗੁਰੂ ਦਾ ਸਿੱਖ ਹੈ ਹੀ ਉਹ ਜਿਹਨੂੰ ਦੇਖ ਕੇ ਗੁਰੂ ਦੀ ਯਾਦ ਆਵੇ ਜਿਹਨੂੰ ਦੇਖ ਕੇ ਪਰਮਾਤਮਾ ਦੀ ਯਾਦ ਆਵੇ ਤੇ ਮਨੁੱਖ ਦੇ ਦੇਖਣ ਵਾਲੇ ਦੇ ਮੂੰਹ ਦੇ ਵਿੱਚੋਂ ਸੁਭਾਵਕ ਨਿਕਲ ਜਾਏ ਗੁਰੂ ਦਾ ਸਿੱਖ ਇਸ ਤਰ੍ਹਾਂ ਦਾ ਹੁੰਦਾ ਉਹਦੇ ਮਨ ਦੇ ਵਿੱਚੋਂ ਉਹਦੇ ਰਸਨਾ ਦੇ ਵਿੱਚੋਂ ਆਪਣੇ ਆਪ ਗੁਰੂ ਦੇ ਲਈ ਧੰਨ ਸ਼ਬਦ ਨਿਕਲੇ ਧੰਨ ਗੁਰੂ ਦਾ ਸਿੱਖ ਤੇ ਧੰਨ ਗੁਰੂ ਇਸ ਤਰ੍ਹਾਂ ਦਾ ਸ਼ਬਦ ਨਿਕਲੇ ਗੁਰੂ ਦਾ ਸਿੱਖ ਐਸਾ ਹੋ ਤੂੰ ਖਾਲਸੇ ਦਾ ਸੁਭਾਅ ਸਿੱਖ ਦਾ ਸੁਭਾਅ ਤੇ ਐਸਾ ਹੈ ਉਹਦੇ ਮਨ ਦੇ ਵਿੱਚ ਕੋਈ ਵਿਤਕਰਾ ਨਹੀਂ ਉਹਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਿੰਦਿਆ ਚੁਗਲੀ ਵਾਲਾ ਭਾਵ ਹੀ ਨਹੀਂ ਤੂੰ ਜਦ ਸਿੱਖ ਦੇ ਵਿੱਚ ਹੀ ਇਹ ਔਗਣ ਨਹੀਂ ਹੈ ਤੇ ਗੁਰੂ ਦੇ ਵਿੱਚ ਤੇ ਹੋ ਹੀ ਨਹੀਂ ਸਕਦਾ ਗੁਰੂ ਦੇ ਤੇ ਇਹ ਹੋ ਸਕਦਾ ਏ ਇਹ ਖਿਆਲ ਕਰਨਾ ਵੀ ਗਲਤ ਤੋ ਇਸ ਕਰਕੇ ਗੁਰੂ ਤੇ ਉਹ ਜਿਹੜਾ ਸਾਰਿਆਂ ਤੇ ਵਰਖਾ ਕਰਦਾ ਜਿਵੇਂ ਬੱਦਲ ਸਾਰਿਆਂ ਦੇ ਉੱਪਰ ਵਰਖਾ ਕਰਦੇ ਨੇ ਗੁਰੂ ਉਹ ਜਿਹੜਾ ਸਾਰਿਆਂ ਤੇ ਮਿਹਰ ਕਰੇ ਗੁਰੂ ਦਾ ਸੁਭਾਅ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤਾ ਹੈ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਤੇ ਸਾਰਿਆਂ ਦੇ ਤਾਈ ਦੇਖਦਾ ਹੈ ਔਰ ਸਤਿਗੁਰੂ ਸਾਰਿਆਂ ਤੇ ਦਇਆ ਕਰਦਾ ਸਤਿਗੁਰ ਸਦਾ ਦਇਆਲ ਹੈ ਭਾਈ ਜਿਸਨੂੰ ਸਮਤ ਸਭ ਕੋਈ ਆਪ ਇਲਾਹੀ ਬਾਣੀ ਦਾ ਕੀਰਤਨ ਸ੍ਰਵਣ ਕਰ ਰਹੇ ਸੀ ਔਰ ਨਾਲ ਭਾਈ ਸਾਹਿਬ ਤਪਲਾ ਵਜਾਉਂਦੇ ਨੇ ਤੇ ਤਪਲੇ ਤੇ ਜਦੋਂ ਬਰਾਬਰੀ ਆਉਂਦੀ ਏ ਤੇ ਉਹਨੂੰ ਕਹਿੰਦੇ ਨੇ ਸਮ ਤੇ ਆ ਗਿਆ ਇਹ ਤਪਲਾ ਸਹੀ ਤਾਲ ਤੇ ਆ ਰਿਹਾ ਏ ਤੂੰ ਸਮ ਤੇ ਆ ਰਿਹਾ ਬਰਾਬਰੀ ਤੇ ਵੱਜ ਰਿਹਾ ਸਮ ਬਰਾਬਰ ਵੱਜ ਰਿਹਾ ਜੇਕਰ ਕਿਧਰੇ ਤਾਲ ਨਾਲ ਨਾ ਚੱਲਦਾ ਹੋਵੇ ਤਾਲ ਅੱਗੇ ਪਿੱਛੇ ਚੱਲਦਾ ਹੋਵੇ ਫਿਰ ਕਹਿ ਦਿੰਦੇ ਨੇ ਇਹ ਤੇ ਬੇਤਾਲਾ ਇਹ ਤੇ ਸਮ ਦੇ ਵਿੱਚ ਨਹੀਂ ਆ ਰਿਹਾ ਅੱਗੇ ਪਿੱਛੇ ਚੱਲ ਰਿਹਾ ਤੂੰ ਸਮ ਦਾ ਮਤਲਬ ਬਰਾਬਰ ਤਾਲ ਦੇ ਵਿੱਚ ਚੱਲਣਾ ਸਤਿਗੁਰੂ ਕਹਿੰਦੇ ਨੇ ਗੁਰੂ ਦੇ ਲਈ ਤੇ ਸਾਰਾ ਕੁਝ ਬਰਾਬਰ ਗੁਰੂ ਦੇ ਲਈ ਤੇ ਸਾਰਾ ਕੁਝ ਸਮ ਬਿਲਕੁਲ ਤਾਲ ਦੇ ਵਿੱਚ ਗੁਰੂ ਦੇ ਲਈ ਸਾਰੇ ਇੱਕੋ ਜੈਸੇ ਨੇ ਚਾਹੇ ਕੋਈ ਵੱਡਾ ਹੈ ਛੋਟਾ ਹੈ ਚਾਹੇ ਕੋਈ ਗਰੀਬ ਹੈ ਅਮੀਰ ਹੈ ਇਹ ਤੇ ਐਸਾ ਦਰ ਹੈ ਭਿਖਾਰੀ ਵੀ ਆ ਜਾਵੇ ਤੇ ਪੰਗਤ ਦੇ ਵਿੱਚ ਬੈਠਦਾ ਹੈ ਔਰ ਇੱਥੇ ਮੁਗਲੇ ਆਜਮ ਅਕਬਰ ਆਇਆ ਹੈ ਉਹ ਵੀ ਪੰਗਤ ਦੇ ਵਿੱਚ ਬੈਠਦਾ ਹੈ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੀ ਇਹ ਪਾਵਨ ਬਾਣੀ ਦੀ ਵਿਚਾਰ ਹੈ ਉਹਨਾਂ ਦੇ ਦਰ ਤੇ ਅਕਬਰ ਵੀ ਆਉਂਦਾ ਹੈ ਤੇ ਉਹ ਵੀ ਪੰਗਤ ਦੇ ਵਿੱਚ ਬੈਠਦਾ ਹੈ ਤੋ ਗੁਰੂ ਦਾ ਸੁਭਾਅ ਦਇਆ ਸਾਰਿਆਂ ਤੇ ਕਰਨੀ ਹੈ ਕਿਰਪਾ ਸਾਰਿਆਂ ਤੇ ਕਰਨੀ ਬੱਦਲਾਂ ਵਰਗਾ ਸੁਭਾਅ ਹੈ ਗੁਰੂ ਦਾ ਬੱਦਲ ਸਾਰੀਆਂ ਥਾਵਾਂ ਤੇ ਵਰਸਦੇ ਨੇ ਗੁਰੂ ਸਾਰਿਆਂ ਤੇ ਰਹਿਮਤ ਕਰਦਾ ਦੂਸਰਾ ਫਿਰ ਜਦੋਂ ਬੱਦਲ ਵਰਸਦੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਵਰਸਦੇ ਨੇ ਧੱਕੇ ਦੇ ਨਾਲ ਬੱਦਲਾਂ ਨੂੰ ਨਹੀਂ ਵਰਸਾਇਆ ਜਾ ਸਕਦਾ ਜਦੋਂ ਵਰਖਾ ਹੁੰਦੀ ਏ ਉਦੋਂ ਹੁੰਦੀ ਏ ਜਦੋਂ ਨਹੀਂ ਹੁੰਦੀ ਤੇ ਨਹੀਂ ਹੁੰਦੀ ਇਹ ਬੱਦਲਾਂ ਦਾ ਸੁਭਾਅ ਜਦੋਂ ਵਰਖਾ ਕਰਨੀ ਏ ਤੇ ਕਰਨੀ ਏ ਨਹੀਂ ਕਰਨੀ ਤੇ ਨਹੀਂ ਕਰਨੀ ਇਹ ਕੁਦਰਤੀ ਏ ਤੂੰ ਗੁਰੂ ਦੀ ਰਹਿਮਤ ਵੀ ਇਸ ਤਰ੍ਹਾਂ ਦੀ ਹੈ ਗੁਰੂ ਦੀ ਖੁਸ਼ੀ ਵੀ ਇਸ ਤਰ੍ਹਾਂ ਦੀ ਹੈ ਗੁਰੂ ਖੁਸ਼ ਹੋਵੇ ਤੇ ਗੁਰੂ ਦੀ ਕਿਰਪਾ ਗੁਰੂ ਦੇਵੇ ਕੁਝ ਤੇ ਗੁਰੂ ਦੀ ਕਿਰਪਾ ਗੁਰੂ ਨਾ ਦੇਵੇ ਤੇ ਇਹ ਗੁਰੂ ਦੀ ਮੌਜ ਭਾਵ ਕਹਿਣ ਤੋਂ ਬੱਦਲਾਂ ਦੇ ਵਿੱਚੋਂ ਅਸੀਂ ਪਾਣੀ ਧੱਕੇ ਦੇ ਨਾਲ ਜ਼ੋਰੋ ਜ਼ਬਰਦਸਤੀ ਨਹੀਂ ਲੈ ਸਕਦੇ ਗੁਰੂ ਦੇ ਕੋਲੋਂ ਕੋਈ ਵੀ ਚੀਜ਼ ਧੱਕੇ ਦੇ ਨਾਲ ਨਹੀਂ ਲਈ ਜਾ ਸਕਦੀ ਐਸਾ ਕੋਈ ਵੀ ਮਨੁੱਖ ਨਹੀਂ ਹੈ ਜਿਹੜਾ ਗੁਰੂ ਦੇ ਕੋਲੋਂ ਕੁਝ ਪ੍ਰਾਪਤ ਕਰੇ ਤੇ ਆਪਣੇ ਬਲ ਦੇ ਨਾਲ ਧੱਕੇ ਦੇ ਨਾਲ ਇਹ ਤੇ ਗੁਰੂ ਦੀ ਖੁਸ਼ੀ ਦੇ ਨਾਲ ਮਿਲਦਾ ਸਤਿਗੁਰੂ ਮਹਾਰਾਜ ਤੇ ਉਸ ਨੂੰ ਦਾਤ ਹੀ ਨਹੀਂ ਮੰਨਦੇ ਜਿਹੜੀ ਆਪਣੇ ਬਲ ਦੇ ਨਾਲ ਲਈਦਾ ਦਾਤ ਤੇ ਉਹ ਹੁੰਦੀ ਏ ਜਿਹੜੀ ਗੁਰੂ ਦੀ ਰਹਿਮਤ ਦੇ ਨਾਲ ਮਿਲੇ ਨਾਨਕ ਸਾਹ ਕਰ ਮਾਤ ਸਾਹਿਬ ਤੁੱਠੈ ਜੋ ਮਿਲੇ ਜੋ ਗੁਰੂ ਦੀ ਪ੍ਰਸੰਨਤਾ ਦੇ ਨਾਲ ਗੁਰੂ ਦੀ ਖੁਸ਼ੀ ਦੇ ਨਾਲ ਮਿਲੇ ਤੇ ਗੁਰੂ ਦੀ ਖੁਸ਼ੀ ਇਸ ਤਰ੍ਹਾਂ ਦੀ ਹੈ ਜੀਰੇ ਤੇ ਹੋ ਜਾਂਦੀ ਏ ਫਿਰ ਲੱਖਾਂ ਖੁਸ਼ੀਆਂ ਤੇ ਲੱਖਾਂ ਪਾਤਸ਼ਾਹੀਆਂ ਉਹਦੀ ਝੋਲੀ ਦੇ ਵਿੱਚ ਨੇ ਲੱਖ ਖੁਸ਼ੀਆਂ ਪਾਤਸ਼ਾਹੀਆ ਜੇ ਸਤਿਗੁਰ ਨਦਰ ਕਰੇ ਗੁਰੂ ਦੀ ਪ੍ਰਸੰਨਤਾ ਲੱਖਾਂ ਬਾਦਸ਼ਾਹਾਂ ਤੋਂ ਵੀ ਅੱਗੇ ਦੀ ਪਰ ਹੋਵੇ ਗੁਰੂ ਦੀ ਪ੍ਰਸੰਨਤਾ
ਤੱਕੇ ਦੇ ਨਾਲ ਨਹੀਂ, ਬਦਲਾਂ ਦੇ ਵਿੱਚੋਂ ਵਰਖਾ ਤੱਕੇ ਦੇ ਨਾਲ ਨਹੀਂ ਕਰਵਾਈ ਜਾ ਸਕਦੀ, ਬਲ ਦੇ ਨਾਲ ਨਹੀਂ। ਇਹ ਨਹੀਂ ਕਿ ਰਿਸ਼ਵਤ ਦੇ ਕੇ ਬਦਲਾਂ ਦੇ ਵਿੱਚੋਂ ਮੀਂਹ ਪਵਾਇਆ ਜਾ ਸਕਦਾ। ਗੁਰੂ ਦੇ ਕੋਲੋਂ ਕੁਝ ਵੀ ਲੈਣਾ ਹੈ ਤੋ ਗੁਰੂ ਦੀ ਕਿਰਪਾ ਹੋਵੇ, ਗੁਰੂ ਦੇ ਅੱਗੇ ਅਰਦਾਸ ਕੀਤੀ ਜਾ ਸਕਦੀ, ਹੱਥ ਪੱਲਾ ਜੋੜਿਆ ਜਾ ਸਕਦਾ, ਇਸ ਤੋਂ ਵੱਧ ਫਿਰ ਹੋਰ ਕੁਝ ਨਹੀਂ ਕੀਤਾ ਜਾ ਸਕਦਾ। ਉਹ ਫਿਰ ਗੁਰੂ ਦੀ ਰਹਿਮਤ, ਗੁਰੂ ਕਿਰਪਾ ਕਰੇ, ਨਾ ਕਰੇ ਤੇ ਉਹ ਵੀ ਗੁਰੂ ਦੀ ਰਹਿਮਤ, ਦੇ ਦੇਵੇ ਤੇ ਉਹ ਵੀ ਗੁਰੂ ਦੀ ਰਹਿਮਤ। ਖੂਹ ਦਾ ਪਾਣੀ ਜਾਂ ਧਰਤੀ ਦੇ ਵਿੱਚ ਜਿਹੜਾ ਪਾਣੀ ਹੈ, ਨਹਿਰਾਂ ਦਾ ਪਾਣੀ, ਉਹਨੂੰ ਮਨੁੱਖ ਆਪਣੀ ਮਰਜ਼ੀ ਦੇ ਨਾਲ ਵਰਤ ਸਕਦਾ ਹੈ। ਟਿਊਬਵੈੱਲ ਲਾਏ ਹੋਏ ਨੇ ਲੋਕਾਂ ਨੇ, ਉਹਨਾਂ ਨੂੰ ਅਸੀਂ ਆਪਣੀ ਮਰਜ਼ੀ ਦੇ ਨਾਲ ਵਰਤ ਸਕਦੇ ਹਾਂ, ਬਦਲਾਂ ਨੂੰ ਆਪਣੀ ਮਰਜ਼ੀ ਦੇ ਨਾਲ ਨਹੀਂ ਵਰਤਿਆ ਜਾ ਸਕਦਾ। ਸੰਸਾਰ ਦੇ ਵਿੱਚ ਜਿਹੜੇ ਲੋਕ ਨੇ ਜਾਂ ਜਿਹਨਾਂ ਦੇ ਕੋਲ ਕੋਈ ਦੋ ਚਾਰ ਕਰਾਮਾਤਾਂ ਨੇ, ਕੋਈ ਛੋਟਾ ਮੋਟਾ, ਕੋਈ ਪੀਰ ਫਕੀਰ, ਕੋਈ ਔਲੀਆ ਅਵਤਾਰ ਛੋਟਾ ਮੋਟਾ, ਉਹਨੂੰ ਤੇ ਕੁਝ ਪੈਸਾ ਦੇ ਕੇ, ਹੋ ਸਕਦਾ ਹੈ ਕੁਝ ਲਾਲਚ ਦੇ ਕੇ ਕੁਝ ਮਨਵਾ ਲਿਆ ਜਾਵੇ। ਜਿਹਦੇ ਕੋਲ ਕੋਈ ਦੋ ਚਾਰ ਕਰਾਮਾਤਾਂ ਨੇ, ਉਹਨੂੰ ਤੇ ਥੋੜਾ ਬਹੁਤਾ ਦੇ ਕੇ, ਜਿਵੇਂ ਬੱਚਿਆਂ ਨੂੰ ਲਾਲਚ ਦੇ ਕੇ ਵਰਲਾ ਲਈਦਾ, ਉਹਦੇ ਕੋਲੋਂ ਤੇ ਕੁਝ ਲਿਆ ਜਾ ਸਕਦਾ। ਜਿਵੇਂ ਖੂਹ ਦੇ ਪਾਣੀ ਨੂੰ ਆਪਣੀ ਮਰਜ਼ੀ ਦੇ ਨਾਲ ਵਰਤਿਆ ਜਾ ਸਕਦਾ ਔਰ ਬੜੀ ਮਿਹਨਤ ਦੇ ਨਾਲ ਕੀਤਾ ਜਾਂਦਾ, ਪਰ ਬਦਲਾਂ ਦੇ ਉੱਪਰ ਮਨੁੱਖ ਦੀ ਤਾਕਤ ਦਾ ਅਸਰ ਨਹੀਂ ਹੈ। ਤੋ ਗੁਰੂ ਨੂੰ ਕਿਸੇ ਵੀ ਤਾਕਤ ਦੇ ਨਾਲ ਜ਼ਬਰਦਸਤੀ ਨਹੀਂ ਵਰਤਿਆ ਜਾ ਸਕਦਾ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ। 10 ਸਰੂਪਾਂ ਦੇ ਵਿੱਚੋਂ ਗੁਰੂ ਜੋਤ ਲੰਘਦੀ ਏ ਔਰ ਜੋ ਸਤਿਗੁਰੂ ਮਹਾਰਾਜ ਕਰਨਾ ਚਾਹੁੰਦੇ ਨੇ ਉਹੀ ਕਰਦੇ ਨੇ। ਸਮੇਂ ਦੀ ਹਕੂਮਤ, ਸਮੇਂ ਦੇ ਬਾਦਸ਼ਾਹ, ਉਹਨਾਂ ਨੇ ਬੜੀ ਤਾਕਤ ਲਾਈ, ਬੜਾ ਜ਼ੋਰ ਲਾਇਆ, ਪਰ ਗੁਰੂ ਦੇ ਉੱਪਰ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ। ਦਾਸ ਤੇ ਬੇਨਤੀ ਕਰੇ, ਗੁਰੂ ਦੇ ਸਿੱਖ ਦੇ ਉੱਪਰ ਵੀ ਅਸਰ ਨਹੀਂ ਹੁੰਦਾ। ਦੁਨੀਆਂ ਦੀ ਤਾਕਤ ਗੁਰੂ ਦੇ ਸਿੱਖ ਨੂੰ ਵੀ ਡੋਲਾ ਨਹੀਂ ਸਕੀ। ਗੁਰੂ ਨੂੰ ਮਨਾਉਣਾ ਤੇ ਬੜੀ ਦੂਰ ਦੀ ਗੱਲ। 1984 ਦਾ ਇਤਿਹਾਸ, 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਨੇ ਧਰਮ ਯੁੱਧ ਮੋਰਚੇ ਦੀ ਆਰੰਭਤਾ ਕੀਤੀ ਹੈ। ਕਈ ਸਾਲਾਂ ਤੱਕ ਇਹ ਮੋਰਚਾ ਚੱਲਦਾ ਰਿਹਾ। ਫਿਰ ਅਟੈਕ ਤੋਂ ਪਹਿਲਾਂ, ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਕਰਨ ਤੋਂ ਪਹਿਲਾਂ, ਇੰਦਰਾ ਗਾਂਧੀ ਨੇ ਔਰ ਉਸਦੇ ਕੁਝ ਨਾਲ ਦੇ ਜਿਹੜੇ ਸਾਥੀ ਸਨ, ਉਹਨਾਂ ਨੇ ਸਲਾਹ ਕਰਕੇ ਸੰਤਾਂ ਦੇ ਅੱਗੇ ਕਈ ਤਰ੍ਹਾਂ ਦੇ ਲਾਲਚ ਵੀ ਰੱਖੇ ਸਨ, ਕਈ ਤਰ੍ਹਾਂ ਦੇ ਲਾਲਚ। ਉਹਨਾਂ ਦੇ ਵਿੱਚੋਂ ਇੱਕ ਦੋ ਚੀਜ਼ਾਂ ਇਹ ਵੀ ਸਨ, ਦਾਸ ਆਪ ਜੀ ਦੇ ਸਾਹਮਣੇ ਰੱਖੀ, ਸ਼ਾਇਦ ਆਪਨੇ ਸੁਣੀਆਂ ਹੋਣ ਕਿਉਂਕਿ ਆਮ ਪ੍ਰਚਲਿਤ ਹੈ, ਆਮ ਪ੍ਰਸਿੱਧ ਨੇ। ਸਮੇਂ ਦੀ ਹਕੂਮਤ ਮਹਾਂਪੁਰਖਾਂ ਦੇ ਅੱਗੇ ਲਾਲਚ ਰੱਖਦੀ ਏ, ਤੁਹਾਨੂੰ 1 ਅਰਬ ਅਮਰੀਕਨ ਡਾਲਰ ਦਿੱਤੇ ਜਾਣਗੇ। ਉਹਨਾਂ ਦਿਨਾਂ ਦੇ ਵਿੱਚ, 84 ਤੋਂ ਪਹਿਲਾਂ ਦੇ ਗੱਲ, 84 ਦੇ ਨੇੜੇ ਦੀ, ਉਹਨਾਂ ਦਿਨਾਂ ਦੇ ਵਿੱਚ 1 ਅਰਬ ਅਮਰੀਕਨ ਡਾਲਰ ਸੰਤਾਂ ਦੇ ਅੱਗੇ ਪੇਸ਼ਗੀ ਰੱਖਦੇ ਨੇ, ਲਾਲਚ ਦਿੰਦੇ ਨੇ, ਇੱਦਾਂ ਕਹਿ ਲਈਏ ਰਿਸ਼ਵਤ ਦਿੰਦੇ ਨੇ। ਫਿਰ ਉਹਨਾਂ ਨੇ ਇਹ ਵੀ ਆਖਿਆ ਸੀ, ਤੁਸੀਂ ਜਿਹੜੇ ਦੇਸ਼ ਦੇ ਵਿੱਚ ਰਹਿਣਾ ਹੋਵੇ, ਤੁਹਾਡੇ ਮਨ ਦੀ ਮੌਜ ਹੋਵੇ, ਜਿਹੜੇ ਦੇਸ਼ ਦੇ ਵਿੱਚ ਤੁਸੀਂ ਕਹੋ, ਤੁਹਾਨੂੰ PR ਲੈ ਕੇ ਦਿੰਦੇ ਹਾਂ, ਗ੍ਰੀਨ ਕਾਰਡ ਤੁਹਾਡਾ ਬਣੇਗਾ, ਜਿਹੜੇ ਦੇਸ਼ ਦੇ ਵਿੱਚ ਇਹ ਤੁਹਾਡੀ ਮਰਜ਼ੀ, ਇਹ ਪੈਸੇ ਵੀ ਇਹ ਮਿਲਣਗੇ, ਤੁਹਾਨੂੰ ਰਕਮ ਵੀ ਮਿਲੇਗੀ, ਔਰ ਜਿਹੜੇ ਦੇਸ਼ ਦੇ ਵਿੱਚ ਤੁਸੀਂ ਚਾਹੋ ਰਹਿ ਸਕਦੇ ਹੋ। ਚਲੋ ਤੁਸੀਂ ਨਹੀਂ ਕਿਸੇ ਦੇਸ਼ ਦੇ ਵਿੱਚ ਜਾਣਾ, ਪੰਜਾਬ ਦੇ ਵਿੱਚ ਹੀ ਰਹਿਣਾ ਹੈ, ਜੇਕਰ ਤੁਸੀਂ ਕਹੋ ਤੇ ਤੁਹਾਡੀ ਸਰਕਾਰ ਬਣਾਈ ਜਾ ਸਕਦੀ ਹੈ, ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ, ਤੁਹਾਡੀ ਵੱਖਰੀ ਪਾਰਟੀ ਬਣੇਗੀ ਔਰ ਤੁਹਾਡੀ ਪਾਰਟੀ ਦਾ ਨਾਮ ਵੀ ਹੋਵੇਗਾ ਦਸ਼ਮੇਸ਼ ਪਾਰਟੀ, ਕਲਗੀਧਰ ਜੀ ਦੇ ਨਾਂ ਤੇ ਤੁਹਾਡੀ ਪਾਰਟੀ ਦਾ ਨਾਮ ਰੱਖਿਆ ਜਾਏ, ਤੁਸੀਂ ਗੁਰੂ ਦੇ ਸਿੱਖ ਹੋ, ਅੰਮ੍ਰਿਤਧਾਰੀ ਹੋ, ਤੋ ਤੁਹਾਡੀ ਪਾਰਟੀ ਦਾ ਨਾਮ ਵੀ ਹੋਵੇਗਾ ਦਸ਼ਮੇਸ਼ ਪਾਰਟੀ। ਤੋ ਇਸ ਤਰ੍ਹਾਂ ਦੇ ਲਾਲਚ, ਮੁੱਖ ਮੰਤਰੀ ਦੀ ਪਦਵੀ ਦਾ ਲਾਲਚ, ਕਿਸੇ ਵੀ ਦੇਸ਼ ਦੀ PR ਗ੍ਰੀਨ ਕਾਰਡ ਦਾ ਲਾਲਚ, ਫਿਰ ਅਰਬਾਂ ਖਰਬਾਂ ਰੁਪਈਆ ਉਹਨਾਂ ਦੇ ਅੱਜ ਦੇ ਦਿਨਾਂ ਦੇ ਵਿੱਚ ਵੀ ਅਮਰੀਕਨ ਡਾਲਰ ਤਕਰੀਬਨ 65 ਦੇ ਆਧਾਰ ਤੇ ਚੱਲਦਾ ਹਿੰਦੁਸਤਾਨ ਦੇ ਨਾਲ, 1 ਦੇ 65 ਬਣਦੇ ਨੇ, 64-65 ਦੇ ਨੇੜੇ ਹੈ। ਤੋ ਉਹਨਾਂ ਦਿਨਾਂ ਦੇ ਵਿੱਚ ਤੇ ਬਹੁਤ ਫਰਕ ਹੋਵੇਗਾ। ਤੋ ਅਰਬਾਂ ਰੁਪਈਆ ਦੀ ਪੇਸ਼ਗੀ ਅੱਗੇ ਰੱਖੀ ਗਈ ਏ, ਮੁੱਖ ਮੰਤਰੀ ਤੱਕ ਦੇ ਅਹੁਦੇ ਰੱਖੇ ਗਏ ਨੇ, ਫਿਰ PR ਦੀ ਇਹ ਵੀ ਰੱਖਿਆ ਗਿਆ, ਅੱਗੇ ਗ੍ਰੀਨ ਕਾਰਡ ਦਾ ਵੀ ਰੱਖਿਆ ਗਿਆ, ਹੋਰ ਵੀ ਜੋ ਤੁਹਾਨੂੰ ਚਾਹੀਦਾ ਹੋਵੇ, ਇਹ ਤੇ ਸਾਡੇ ਵੱਲੋਂ ਜੋ ਤੁਸੀਂ ਆਖੋ, ਬਸ ਇਹ ਧਰਮ ਯੁੱਧ ਮੋਰਚਾ ਬੰਦ ਕਰਨਾ।
इतने तरह के लालच इतने तरह के जेड़े तोहफे सन वह संतां दे अगे रखे गए पर यह इतिहास है संतां ने इन्हां सारियां नूं ना प्रवानगी दित्ती उन्होंने अपने मोर्चे दे विच दृढ़ता रखी इतने तरह के लालच इतने तरह के ये लोग एक गुरु के सिख नूं भी डोला नहीं सके तो जदों गुरु के सिख नूं नहीं डुलाया जा सकता खालसे नूं नहीं डुलाया जा सकता तो फिर गुरु के उपर ते किसे तरह का जोर चलाया ही नहीं जा सकता समय की हकूमत ने यह सारा कुछ किया आम मनुख दी ते वस दी की गल तो गुरु के सिख दे कोलों और गुरु दे कोलों कुछ भी तके दे नाल जोरो जबरदस्ती नहीं प्राप्त किया जा सकता जिमें बदलों के उपर मनुख का जोर नहीं है वर्खा हुंदी है ते हुंदी है गुरु का सिख खालसा और गुरु जिदे उपर रहमत करे खुशी करे ते खुशी है नहीं ते नहीं ये खूह का पानी नहीं है कि जिधर नू मर्जी दो वटा पा के जोड़ लिया ये कोई ट्यूबवैल नहीं है कि जिदे उपर उंगली लगाई ते चल गया सुच नपया ते ऑन सुच नपया ते ऑफ ये कोई इस तरह का नहीं है ये ते गुरु दियां रहमतां ने गुरु रहमत करे ते हुंदी है ना करे ते नहीं ये गुरु दे हथ दे विच तो गुरु बदलां दे वर्गा है अज दे इस शब्द दे आधार ते और बदल रहमत करदे ने बदल वरसदे ने सतगुरु ते किरपा करदे ने मीह पया परमेसर पाया मीह पैंदा है परमेसर पाउंदा है ये भी परमात्मा दे हथ दे विच भाव वरखा मनुख दे हथ दे विच नहीं है परमात्मा दे हथ दे विच तो गुरु दियां रहमतां भी गुरु दे हथ दे विच ये ते सतगुरां दे बचन ने ठाकुर हथ वडियाईआ जिस भावै तिस दे ये ते ओदे हथ दे विच जिन्हूं ओ ओदी मर्जी है ओह दिंदा है और ओदियां वडियाईआं ओदे इतने हथ दे विच ने ये भी हो सकता है कि कोई सुते होए नूं उठाल के दे देवे ये भी हो सकता है कोई जागदा भी होवे ते ना लवे एक जा गंदे ना लहन एक ना सुतिया दे उठा ये गुरु दी बेपरवाही है ये गुरु दा सुभा है वह सुतिया नूं भी उठाल के दाता दे दिंदा और वह गुरु दी मर्जी है वह जागदिया होया नूं भी शायद ना दवे ये गुरु दी मर्जी गुरु दा सुभा तो गुरु दियां दातां गुरु दी रहमत दे नाल मिलदियां ने तो फिर सिख दे लई की है सिख की करे गुरु दे उपर ते सिख दा कोई जोर है नहीं सतगुरु किरपा करदे ने सिख भी कुछ कर सकदा ए नहीं कि सिख कुछ नहीं कर सकदा अज दे इस शब्द दे विच गुरु दी रहमत दा जिक्र है बदलां दी तरह है गुरु ओदे उपर ते तेरा कोई वस नहीं है पर तू भी कुछ कर सकदा है तेनू भी करन दे लई कुछ दिता गया है गुरमत दे विच सिख दे भी कुछ कर्म ने सतगुरु उन्हां दा जिक्र करदे ने उन्हां दा जिक्र करदिआं महाराज कहिंदे ने खेत मियाला उच्ची आ जिवें जिमीदार दा वरखा दे उपर ते कोई जोर नहीं है तो सिख दा गुरु दे उपर ते कोई जोर नहीं है पर जिमीदार कुछ कर सकदा है कि वह अपने खेत नूं तैयार करके रख सकदा है वह अपने खेत नूं गोड़ के रख सकदा है वाह के रख सकदा है वह अपने खेत दीआं वट्टां दा ध्यान रखे वह अपने खेत दे वल देखे सिख दा गुरु दे उपर ते असर नहीं है गुरु दे उपर ते बल नहीं चलदा गुरु वड्डा है पर सिख अपने आप दे वल ते देखे सिख अपने जीवन दे बारे देखे वह अपने कर्मां दे वल देखे सतगुरां ने अज उच्चियां म्यालां दी गल कीती है म्याला कहिंदे ने वट्टां दे ताए तू अपनियां वट्टां नूं ध्यान दे नाल देख ये सही नहीं जाने किधरे ऐसा ना होवे गुरु दी रहमत होवे और तेरा खेत तैयार ही ना होवे तेरियां वट्टां बनिया ही ना होन तो गुरु दी रहमत होवेगी भी जे वट्टां सही नहीं खेत तैयार नहीं तो पानी इत्थे खड़ेगा नहीं रुकेगा नहीं पानी दा सुभा है नीवे वाले पासे चले जाना पानी चले निवाण नूं कल भी दास ने बेनती कीती सी पानी दा सुभा है नीवे पासे जाना तो किधरे ऐसा ना होवे कि तू खेत तैयार ना कीता होवे ते गुरु दी रहमत दे बदल वरसन और तेरा खेत सुक्का ही रह जाए इस तरह दे नाल बहुत वरी हुंदा गुरु रहमत करदा है कृपा करदा है और वो सारियां ते करदा ही है क्योंकि जदों बदल वरसदे ने सारियां ते वरसदे ने बाबा फरीद जी ने फिर इस दा जिक्र कीता उन्हां दे कोलों पुछिया गया है बाबा फरीद जी
ਆਪਣੇ ਖੇਤ ਨੂੰ ਕਿਵੇਂ ਪੱਧਰਾ ਕਰ ਲਈਏ। ਬਾਹਰ ਦੇ ਖੇਤ ਦਾ ਤੇ ਪਤਾ ਚੱਲਦਾ, ਪਰ ਇਹ ਹਿਰਦੇ ਦੇ ਖੇਤ ਨੂੰ, ਇਹ ਜੀਵਨ ਦੇ ਖੇਤ ਨੂੰ ਮੈਂ ਕਿਵੇਂ ਤਿਆਰ ਕਰਾਂ, ਔਰ ਇਸ ਖੇਤ ਦੇ ਵਿੱਚ ਗਲਤੀ ਕੀ, ਕੁਝ ਐਸਾ ਦੱਸੋ ਜਿਹਦੇ ਨਾਲ ਗੁਰੂ ਰੂਪੀ ਬੱਦਲ ਜਦੋਂ ਵਰਸੇ, ਗੁਰੂ ਕਿਰਪਾ ਕਰੇ ਔਰ ਮੇਰਾ ਖੇਤ ਹਰਿਆ ਭਰਿਆ ਹੋ ਜਾਵੇ, ਮੇਰਾ ਜੀਵਨ ਸਫਲਾ ਹੋ ਜਾਏ, ਕੁਝ ਇਸ ਤਰ੍ਹਾਂ ਦਾ ਢੰਗ ਤਰੀਕਾ, ਮੇਰੀ ਗਲਤੀ ਵੀ ਦੱਸੋ ਔਰ ਮੈਂ ਇਸ ਨੂੰ ਕਿਸ ਤਰ੍ਹਾਂ ਦੇ ਨਾਲ ਸੁਧਾਰ ਸਕਦਾ, ਇਹਦੇ ਬਾਰੇ ਵੀ ਕੁਝ ਚਾਨਣਾ ਪਾਓ। ਤੁਸੀਂ ਅੱਲਾਹ ਦੇ ਪਿਆਰੇ ਹੋ, ਅੱਲਾਹ ਦੇ ਘਰ ਦੀ ਗੱਲ ਦੱਸਦੇ ਹੋ, ਤੂੰ ਆਪਣੇ ਇਸ ਕਿਰਪਾ ਦੇ ਭਰੇ ਹੋਏ ਖਜ਼ਾਨੇ ਦੇ ਵਿੱਚੋਂ ਇੱਕ ਰਹਿਮਤ ਸਾਡੇ ਤੇ। ਬਾਬਾ ਫਰੀਦ ਫਿਰ ਉਹਨਾਂ ਦੇ ਦੋ ਸਲੋਕ ਨੇ ਉਹ ਸਮਝਾਉਂਦੇ ਨੇ। ਬਾਬਾ ਫਰੀਦ ਕਹਿੰਦੇ ਨੇ, ਪਹਿਲੀ ਗੱਲ ਤੇ ਇਹ, ਜਦੋਂ ਬੱਦਲ ਵਰਸਦਾ, ਸਾਰਿਆਂ ਤੇ ਵਰਸਦਾ ਹੈ, ਚਾਹੇ ਟੋਇਆ ਹੋਵੇ ਤੇ ਚਾਹੇ ਟਿੱਬਾ ਹੋਵੇ। ਜੇਕਰ ਕੋਈ ਟਿੱਬੇ ਦੀ ਤਰ੍ਹਾਂ ਹੋਵੇ, ਟਿੱਬਾ ਕਹਿੰਦੇ ਨੇ ਉੱਚੇ ਥਾਂ ਨੂੰ, ਆਮ ਬਜ਼ੁਰਗ ਜਾਣਦੇ ਨੇ ਉੱਚੇ ਥਾਂ ਨੂੰ ਟਿੱਬਾ ਕਹਿੰਦੇ ਨੇ, ਜਿੱਥੇ ਵਰਖਾ ਹੋਵੇ ਤੇ ਰੁੜ ਕੇ ਪਾਣੀ ਥੱਲੇ ਚਲਿਆ ਜਾਂਦਾ, ਰੇੜ ਦੇ ਵਿੱਚ ਚਲਿਆ ਜਾਂਦਾ। ਕੁਝ ਟਿੱਬੇ ਹੁੰਦੇ ਨੇ, ਕੁਝ ਟੋਏ ਹੁੰਦੇ ਨੇ, ਧਰਤੀ ਦੋ ਰੂਪਾਂ ਦੇ ਵਿੱਚ ਹੈ, ਜਾਂ ਖਾਈਆਂ ਨੇ ਜਾਂ ਪਹਾੜ। ਮਨੁੱਖ ਦਾ ਮਨ ਵੀ ਦੋ ਤਰ੍ਹਾਂ ਦਾ ਹੈ, ਜਾਂ ਤੇ ਟਿੱਬਿਆਂ ਵਰਗਾ ਹੈ ਜਾਂ ਟੋਇਆਂ ਵਰਗਾ, ਜਾਂ ਤੇ ਮਨੁੱਖ ਬਹੁਤ ਜ਼ਿਆਦਾ ਨੀਵਾਂ ਹੈ ਜਾਂ ਫਿਰ ਬਹੁਤ ਜ਼ਿਆਦਾ ਉੱਚਾ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਤੇ ਬਾਬਾ ਫਰੀਦ ਵੀ ਇੱਥੇ ਕਹਿ ਰਹੇ ਨੇ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਮਨ ਮੈਦਾਨ ਕਰ, ਤੂੰ ਆਪਣੇ ਮਨ ਨੂੰ ਮੈਦਾਨ ਕਰ। ਮੈਦਾਨ ਕਹਿੰਦੇ ਨੇ ਬਰਾਬਰ ਵਾਲੀ ਜ਼ਮੀਨ। ਟੋਏ ਟਿੱਬੇ ਲਾਹੇ, ਤੇਰੇ ਜੀਵਨ ਦੇ ਵਿੱਚ ਟੋਇਆ ਵੀ ਨਹੀਂ ਚਾਹੀਦਾ ਤੇ ਟਿੱਬਾ ਵੀ ਨਹੀਂ ਚਾਹੀਦਾ, ਤੇਰੇ ਅੰਦਰ ਹੰਕਾਰ ਵੀ ਨਹੀਂ ਚਾਹੀਦਾ ਔਰ ਤੇਰੇ ਅੰਦਰ ਨੀਵੇਂ ਟੋਏ ਵਰਗਾ ਵੀ ਨਾ ਹੋਵੇ, ਭਾਵ ਤੂੰ ਇਤਨਾ ਵੀ ਗਿਰਿਆ ਹੋਇਆ ਨਾ ਹੋਵੇ ਕਿ ਤੈਨੂੰ ਆਪਣੇ ਆਪ ਹੀ ਵੱਖਰਾ ਲੱਗਦਾ ਹੋਵੇ, ਤੂੰ ਆਪਣੇ ਆਪ ਤੋਂ ਹੀ ਗਿਲਾਨੀ ਕਰਦਾ ਹੋਵੇ। ਹੰਕਾਰ ਦੇ ਵਿੱਚ ਮਨੁੱਖ ਟਿੱਬੇ ਵਰਗਾ ਹੋ ਜਾਂਦਾ ਹੈ, ਉਹਦੇ ਵਿੱਚ ਵੀ ਧਰਮ ਦੇ ਰਸਤੇ ਤੇ ਚੱਲਣਾ ਔਖਾ, ਔਰ ਕਈ ਵਾਰੀ ਮਨੁੱਖ ਇਤਨਾ ਆਪਣੇ ਆਪ ਤੋਂ ਗਿਲਾਨੀ ਕਰ ਜਾਂਦਾ ਹੈ, ਟਿੱਬੇ ਉਹ ਟੋਏ ਵਰਗਾ ਹੋ ਜਾਂਦਾ ਹੈ, ਉਹ ਮਨੁੱਖ ਵੀ ਸੋਚ ਲੈਂਦਾ ਹੈ ਮੈਂ ਤੇ ਗੁਰੂ ਦੇ ਰਸਤੇ ਤੇ ਚੱਲ ਹੀ ਨਹੀਂ ਸਕਦਾ। ਬਾਬਾ ਫਰੀਦ ਕਹਿੰਦੇ ਨੇ, ਤੂੰ ਗਿਲਾਨੀ ਨੂੰ ਵੀ ਪਾਸੇ ਕਰ, ਤੂੰ ਹੰਕਾਰ ਨੂੰ ਵੀ ਪਾਸੇ ਕਰ, ਆਪਣੇ ਹਿਰਦੇ ਨੂੰ ਤੂੰ ਮੈਦਾਨ ਵਰਗਾ ਬਣਾ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ। ਜੇਕਰ ਤੂੰ ਇਸ ਤਰ੍ਹਾਂ ਦੇ ਨਾਲ ਕਰੇਗਾ, ਫਿਰ ਤੇਰੇ ਉੱਪਰ ਵਰਖਾ ਹੋਵੇਗੀ। ਫਿਰ ਜਦੋਂ ਵਰਖਾ ਹੋਵੇਗੀ, ਵਰਖਾ ਸਾਰਿਆਂ ਤੇ ਹੁੰਦੀ ਹੈ, ਉਹ ਜਦੋਂ ਪਰਮਾਤਮਾ ਦੀ, ਗੁਰੂ ਦੀ ਰਹਿਮਤ ਭਰੀ ਵਰਖਾ ਹੋਵੇਗੀ, ਤੇਰੇ ਖੇਤ ਦੇ ਵਿੱਚ ਪਾਣੀ ਰੁਕ ਜਾਏਗਾ। ਜੇਕਰ ਕਿਧਰੇ ਤੂੰ ਟਿੱਬਿਆਂ ਦੀ ਤਰ੍ਹਾਂ ਰਹਿ ਗਿਆ, ਭਾਵ ਕਿਧਰੇ ਤੂੰ ਹੰਕਾਰ ਦੀ ਤਰ੍ਹਾਂ ਰਹਿ ਗਿਆ, ਤੇਰੇ ਹਿਰਦੇ ਦੇ ਵਿੱਚ ਹੰਕਾਰ ਦੇ ਟਿੱਬੇ ਬਣੇ ਰਹਿ ਗਏ, ਫਿਰ ਪਰਮਾਤਮਾ ਦੀ ਰਹਿਮਤ ਵੀ ਹੋਵੇਗੀ, ਗੁਰੂ ਦੀ ਰਹਿਮਤ ਵੀ ਹੋਵੇਗੀ, ਤੈਨੂੰ ਕੋਈ ਫਾਇਦਾ ਨਹੀਂ ਹੋਵੇਗਾ, ਕਿਉਂਕਿ ਪਾਣੀ ਦਾ ਸੁਭਾਅ ਹੈ ਉਹ ਟਿੱਬਿਆਂ ਤੇ ਨਹੀਂ ਖੜਦਾ। ਉਹਨਾਂ ਦਾ ਦੂਸਰਾ ਸਲੋਕ, ਬਾਬਾ ਫਰੀਦ ਕਹਿੰਦੇ ਨੇ, ਖਾਲੀ ਚੱਲੇ ਧਨੀ ਸਿਉਂ, ਟਿੱਬੇ ਜਿਉਂ ਮੀਂਹ ਮਾਹੋ। ਮੀਂਹ ਤੇ ਪਿਆ, ਪਰ ਬਾਬਾ ਫਰੀਦ ਕਹਿੰਦੇ ਨੇ ਖਾਲੀ ਚੱਲੇ, ਉਹ ਮਨੁੱਖ ਖਾਲੀ ਚਲੇ ਗਏ ਜਿਹੜੇ ਟਿੱਬਿਆਂ ਦੇ ਵਰਗੇ ਉੱਚੇ ਸਨ, ਜਿਨ੍ਹਾਂ ਨੇ ਆਪਣੇ ਆਪ ਨੂੰ ਉੱਚਾ ਸਮਝਿਆ, ਵੱਡਾ ਸਮਝਿਆ। ਔਰ ਇਹ ਵਡਿਆਈ ਕਾਹਦੀ ਏ, ਮਨੁੱਖ ਟਿੱਬਾ ਕਿਵੇਂ ਹੋ ਜਾਂਦਾ ਹੈ, ਮਨੁੱਖ ਦੇ ਮਨ ਦੇ ਵਿੱਚ ਟਿੱਬੇ ਕਿਸ ਤਰ੍ਹਾਂ ਦੇ ਨੇ। ਬਾਬਾ ਫਰੀਦ ਜੀ ਨੇ ਕੁਝ ਉਹਨਾਂ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ, ਫਰੀਦਾ ਗਰਭ ਜਿੰਨਾ ਵਡਿਆਈ ਆ, ਧਨ ਜੋਬਨ ਆਗਾਹ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਡਿਆਈਆਂ ਦੇ ਟਿੱਬੇ ਨੇ, ਜਿਹਦੇ ਕੋਲ ਚਾਰ ਵਡਿਆਈਆਂ ਹੋਣ, ਚਾਰ ਬੰਦੇ ਨਾਲ ਖੜਦੇ ਹੋਣ, ਸੋਭਾ ਹੁੰਦੀ ਹੋਵੇ, ਲੋਕ ਕਹਿੰਦੇ ਹੋਣ ਤੇਰੇ ਵਰਗਾ ਤੇ ਕੋਈ ਵੀ ਨਹੀਂ। ਤੂੰ ਬੜੇ ਤਰ੍ਹਾਂ ਦੀ ਵਡਿਆਈ ਹੋ ਸਕਦੀ ਹੈ, ਤੂੰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਜਿਹਦੇ ਕੋਲ ਇਸ ਤਰ੍ਹਾਂ ਦੀਆਂ ਵਡਿਆਈਆਂ ਦੇ ਟਿੱਬੇ ਨੇ, ਉਹਦੇ ਉੱਪਰ ਵੀ ਗੁਰੂ ਦੀ ਵਰਖਾ ਹੁੰਦੀ ਏ, ਪਰ ਉਹਦਾ ਜਿਵੇਂ ਟਿੱਬਿਆਂ ਦੇ ਉੱਪਰ ਕੋਈ ਅਸਰ ਨਹੀਂ, ਇਹਦੇ ਉੱਪਰ ਵੀ ਕੋਈ ਬਹੁਤਾ ਅਸਰ ਨਹੀਂ ਹੋਵੇਗਾ ਜਿਹਦੇ ਕੋਲ ਵਡਿਆਈਆਂ ਹੋਣਗੀਆਂ। ਔਰ ਇਹ ਵਡਿਆਈ, ਇਹ ਹੰਕਾਰ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰਾਂ ਦੇ ਜੀਵਨ ਦਾ ਇਹ ਇਤਿਹਾਸ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ, ਉਹਨਾਂ ਦੇ ਕੋਲ ਭਾਈ ਲਹਿਣਾ ਜੀ ਵੀ ਰਹਿੰਦੇ ਨੇ, ਉਹਨਾਂ ਦੇ ਦੋ ਸਪੁੱਤਰ ਨੇ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ। ਬਾਬਾ ਲਖਮੀ ਦਾਸ ਸਤਿਗੁਰਾਂ ਦੀ ਰਹਿਮਤ ਦੇ ਪਾਤਰ ਨਹੀਂ ਬਣ ਸਕੇ। ਕਿਉਂ ਨਹੀਂ ਬਣ ਸਕੇ? ਉਹਨਾਂ ਦੇ ਮਨ ਦੇ ਵਿੱਚ ਇਸ ਵਡਿਆਈ ਦਾ ਹੰਕਾਰ
ਅਸੀਂ ਤੇ ਗੁਰੂ ਪੁੱਤਰ ਹਾਂ, ਤੋ ਗੁਰੂ ਪੁੱਤਰ ਹੋਣ ਦੀ ਵੀ ਵਡਿਆਈ ਹੋ ਸਕਦੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹ ਗੁਰੂ ਪੁੱਤਰ ਨੇ, ਗੁਰੂ ਦੇ ਘਰ ਦੇ ਵਿੱਚ ਪ੍ਰਗਟ ਹੋਏ ਨੇ, ਜਨਮੇ ਨੇ, ਗੁਰੂ ਦੀ ਔਲਾਦ ਨੇ, ਪਰ ਉਹਨਾਂ ਦੇ ਮਨ ਦੇ ਵਿੱਚ ਇਹੀ ਹੰਕਾਰ, ਅਸੀਂ ਤੇ ਗੁਰੂ ਪੁੱਤਰ ਹਾਂ। ਤੋ ਗੁਰੂ ਪੁੱਤਰ ਹੋਣ ਦੀ ਵਡਿਆਈ, ਗੁਰੂ ਪੁੱਤਰ ਹੋਣ ਦਾ ਹੰਕਾਰ, ਬਾਬਾ ਫਰੀਦ ਕਹਿੰਦੇ ਨੇ ਇਹ ਵੀ ਟਿੱਬੇ ਦੇ ਤਰ੍ਹਾਂ ਹੋ ਸਕਦਾ। ਔਰ ਸਤਿਗੁਰੂ ਮਹਾਰਾਜ ਕਈ ਤਰ੍ਹਾਂ ਦੇ ਇਤਿਹਾਸ ਦੇ ਵਿੱਚ ਬਚਨ ਨੇ, ਗਾਥਾਵਾਂ ਨੇ, ਸਤਿਗੁਰੂ ਬਹੁਤ ਵਾਰ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਜੀ ਨੂੰ ਕੋਈ ਕੰਮ ਕਹਿੰਦੇ ਨੇ, ਉਹ ਕਰਦੇ ਨਹੀਂ। ਕਈ ਗਾਥਾਵਾਂ ਨੇ ਇਸ ਤਰ੍ਹਾਂ ਦੀਆਂ। ਇੱਕ ਦਾਸ ਆਪ ਜੀ ਦੇ ਸਾਹਮਣੇ ਰੱਖੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਇਹ ਕਥਾ ਹੈ, ਭਾਈ ਸੰਤੋਖ ਸਿੰਘ ਜੀ ਨੇ ਲਿਖੀ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਤਕਰੀਬਨ ਰਾਤ ਦਾ ਸਮਾਂ ਹੈ, ਉਹਨਾਂ ਨੇ ਆਪਣੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੂੰ ਬੁਲਾਇਆ। ਬੁਲਾ ਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਬੇਟਾ ਸਾਡੇ ਕੁਝ ਕੱਪੜੇ ਨੇ ਉਹ ਮੈਲੇ ਹੋ ਗਏ ਨੇ, ਸਵੇਰੇ ਪਾਉਣ ਜੋਗੇ ਨਹੀਂ ਨੇ। ਤੂੰ ਸੰਗਤ ਦੇ ਵਿੱਚ ਬੈਠਣਾ ਹੈ, ਸੰਗਤ ਆਉਂਦੀ ਏ, ਤੂੰ ਤੁਸੀਂ ਕੁਝ ਕੱਪੜੇ ਧੋ ਕੇ ਲਿਆਓ। ਅੱਧੀ ਰਾਤ ਦਾ ਸਮਾਂ, ਸਿਆਲ ਦੇ ਦਿਨ, ਬਾਬਾ ਸ੍ਰੀ ਚੰਦ ਕਹਿੰਦੇ ਨੇ ਸੁੱਤਿਆਂ ਨੂੰ ਉਠਾਲਿਆ ਹੈ ਤੇ ਕੰਮ ਵੀ ਕੀ ਦੱਸਿਆ, ਕੱਪੜੇ ਧੋ ਕੇ ਲਿਆਉਣੇ ਨੇ। ਪਹਿਲੀ ਗੱਲ ਤੇ ਇਹ ਕਿ ਰਾਤ ਦਾ ਸਮਾਂ ਹੈ, ਕੱਪੜੇ ਧੁੱਬਣਗੇ ਨਹੀਂ। ਦੂਸਰੀ ਗੱਲ, ਚਲੋ ਮੈਂ ਧੋ ਵੀ ਲਿਆਵਾਂ ਤੇ ਸਿਆਲ ਦੀ ਰਾਤ ਹੈ ਤੇ ਅੱਧੀ ਰਾਤ ਕਿੱਥੋਂ ਸੁੱਕ ਜਾਣਗੇ, ਤੂੰ ਸਵੇਰ ਤੱਕ ਤੇ ਇਹ ਸੁੱਕਣਗੇ ਨਹੀਂ। ਪਹਿਲੀ ਗੱਲ ਤੇ ਧੁੱਬਣੇ ਨਹੀਂ, ਹਨੇਰਾ ਹੈ, ਕਿੱਥੋਂ ਦਾਗ ਲੱਗਾ ਹੈ ਕਿੱਥੇ ਨਹੀਂ, ਕਿਵੇਂ ਪਤਾ ਚੱਲੇ। ਤੋ ਦੂਸਰੀ ਗੱਲ, ਇਹ ਸੁੱਕਣੇ ਵੀ ਨਹੀਂ, ਇਸ ਕਰਕੇ ਕੱਪੜੇ ਧੋਣ ਦਾ ਕੋਈ ਬਹੁਤਾ ਫਾਇਦਾ ਨਹੀਂ। ਬਾਕੀ ਰਹੀ ਗੱਲ ਸਵੇਰੇ ਕੱਪੜੇ ਪਾਉਣ ਦੀ, ਸੰਗਤ ਨੇ ਬਹੁਤ ਕੁਝ ਲਿਆ ਕੇ ਦਿੱਤਾ ਹੈ, ਹੋਰ ਬਸਤਰ ਬਹੁਤ ਨੇ ਤੁਹਾਡੇ, ਉਹਨਾਂ ਦੇ ਵਿੱਚੋਂ ਕੋਈ ਪਾ ਲੈਣ। ਤੋ ਮੁੱਕਦੀ ਗੱਲ, ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਬਾਬਾ ਸ੍ਰੀ ਚੰਦ ਜੀ ਨੇ ਮੰਨਿਆ ਨਹੀਂ। ਦੂਸਰੇ ਪੁੱਤਰ ਨੇੜੇ ਖੜੇ ਸਨ, ਬਾਬਾ ਲਖਮੀ ਦਾਸ, ਉਹਨਾਂ ਦੇ ਵੱਲ ਇਸ਼ਾਰਾ ਕੀਤਾ, ਉਹਨਾਂ ਦੇ ਤਾਂ ਬਚਨ ਕਹੇ ਸਤਿਗੁਰਾਂ ਨੇ। ਬਾਬਾ ਲਖਮੀ ਦਾਸ ਕਹਿੰਦੇ ਨੇ, ਗੁਰੂ ਪਿਤਾ ਜੀ, ਵੱਡੇ ਭਰਾ ਤਾਂ ਬਿਲਕੁਲ ਸਹੀ ਕਹਿੰਦੇ ਨੇ, ਕੱਪੜੇ ਨਾ ਤੇ ਇਸ ਵੇਲੇ ਧੁੱਬਣੇ ਨੇ, ਹਨੇਰਾ ਹੈ, ਔਰ ਦੂਸਰਾ ਸੁੱਕਣੇ ਵੀ ਨਹੀਂ, ਤੋ ਫਾਇਦਾ ਕੀ ਐਵੇਂ ਅੱਧੀ ਰਾਤ ਖੱਜਲ ਖੁਆਰ ਹੋਣ ਦਾ। ਤੋ ਦੋਨਾਂ ਪੁੱਤਰਾਂ ਨੇ ਇਨਕਾਰ ਕਰ ਦਿੱਤਾ। ਇੱਥੇ ਫਿਰ ਬਾਬਾ ਸੱਤਾ ਬਲਵੰਡ ਜੀ ਦੇ ਇਹ ਬਚਨ ਪੂਰੇ ਉਤਰਦੇ ਨੇ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀ ਹੈ। ਪੁੱਤਰ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਕੇਵਲ ਪਿਤਾ ਜਾਣ ਕੇ ਪੂਜਿਆ ਹੈ, ਕੇਵਲ ਪਿਤਾ ਜਾਣ ਕੇ ਉਹਨਾਂ ਦੇ ਨਾਲ ਜੀਵਨ ਬਤੀਤ ਕੀਤਾ ਹੈ, ਗੁਰੂ ਜਾਣ ਕੇ ਨਹੀਂ। ਤੋ ਪਿਤਾ ਜਾਣ ਕੇ ਪਿਤਾ ਦੀ ਤੇ ਗੱਲ ਮੋੜੀ ਵੀ ਜਾ ਸਕਦੀ ਹੈ, ਪਿਤਾ ਨੂੰ ਤੇ ਜਵਾਬ ਵੀ ਦਿੱਤਾ ਜਾ ਸਕਦਾ ਹੈ। ਔਰ ਦੋਨਾਂ ਭਰਾਵਾਂ ਨੇ, ਬਾਬਾ ਸ੍ਰੀ ਚੰਦ, ਲਖਮੀ ਦਾਸ, ਉਹ ਪਿਤਾ ਕਰਕੇ ਜਾਣਦੇ ਨੇ, ਇਹ ਸਾਡੇ ਪਿਤਾ ਨੇ, ਉਹਨਾਂ ਨੂੰ ਜਗਤ ਪਿਤਾ ਕਰਕੇ ਨਹੀਂ ਜਾਣਿਆ। ਨੇੜੇ ਖੜੇ ਨੇ ਭਾਈ ਲਹਿਣਾ ਜੀ, ਉਹਨਾਂ ਦੇ ਵੱਲ ਸਤਿਗੁਰੂ ਮਹਾਰਾਜ ਇਸ਼ਾਰਾ ਕਰਦੇ ਨੇ, ਲਹਿਣਿਆ ਤੂੰ ਧੋ ਕੇ ਲਿਆ। ਭਾਈ ਲਹਿਣਾ ਜੀ ਉਸੇ ਵੇਲੇ ਸਤ ਬਚਨ ਕਹਿ ਕੇ ਉਹ ਕੱਪੜਿਆਂ ਦੀ ਗਠੜੀ ਚੁੱਕ ਲੈਂਦੇ ਨੇ। ਬਾਬਾ ਸ੍ਰੀ ਚੰਦ ਕਹਿੰਦੇ ਨੇ, ਲਹਿਣਾ ਜੀ ਕਿੱਧਰ ਚੱਲੇ ਹੋ, ਮੈਂ ਕੱਪੜੇ ਧੋਣ ਦੇ ਲਈ ਚੱਲਿਆ, ਸਤਿਗੁਰਾਂ ਦਾ ਹੁਕਮ ਹੈ, ਤੁਸੀਂ ਨਹੀਂ ਸੁਣਿਆ ਮੈਂ ਜੋ ਜਵਾਬ ਦਿੱਤਾ, ਇਹ ਕੱਪੜੇ ਧੁੱਬਣੇ ਨਹੀਂ ਔਰ ਸੁੱਕਣੇ ਵੀ ਨਹੀਂ। ਬਾਬਾ ਸ੍ਰੀ ਚੰਦ ਜੀ ਦੇ ਬਚਨਾਂ ਨੂੰ ਸੁਣ ਕੇ ਭਾਈ ਲਹਿਣਾ ਜੀ ਕਹਿੰਦੇ ਨੇ, ਗੁਰੂ ਪੁੱਤਰ ਜੀ ਤੁਹਾਡਾ ਕਹਿਣਾ ਬਿਲਕੁਲ ਸਹੀ ਹੈ, ਪਰ ਇਹ ਗੁਰੂ ਦਾ ਹੁਕਮ ਹੈ, ਮੈਂ ਕੱਪੜੇ ਧੋਣ ਦੇ ਲਈ ਨਹੀਂ ਜਾ ਰਿਹਾ, ਤੁਸੀਂ ਇਹ ਖਿਆਲ ਮਨ ਦੇ ਵਿੱਚੋਂ ਕੱਢ ਦਿਓ ਕਿ ਮੈਂ ਕੱਪੜੇ ਧੋਣ ਦੇ ਲਈ ਜਾ ਰਿਹਾ। ਤੋ ਫਿਰ ਚੁੱਕੇ ਕਾਹਦੇ ਲਈ ਨੇ, ਤੁਸੀਂ ਚੁੱਕੇ ਤੇ ਨੇ, ਕੱਪੜੇ ਧੋਣ ਦੇ ਲਈ ਚੱਲ ਵੀ ਪਏ ਹੋ। ਭਾਈ ਲਹਿਣਾ ਜੀ ਕਹਿੰਦੇ ਨੇ, ਮੈਂ ਕੱਪੜੇ ਧੋਣ ਦੇ ਲਈ ਨਹੀਂ ਜਾ ਰਿਹਾ, ਇਹ ਕੱਪੜੇ ਧੁੱਬਣ ਜਾਂ ਨਾ ਧੁੱਬਣ, ਇਹ ਸੁੱਕਣ ਜਾਂ ਨਾ ਸੁੱਕਣ, ਮੇਰਾ ਇਹਨਾਂ ਦੇ ਨਾਲ ਕੋਈ ਵਾਸਤਾ ਨਹੀਂ, ਮੈਂ ਤੇ ਬਸ ਇਸ ਵਾਸਤੇ ਜਾ ਰਿਹਾ, ਮੇਰੇ ਗੁਰੂ ਦਾ ਹੁਕਮ। ਤੂੰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਨੀ ਮੇਰਾ ਫਰਜ਼ ਹੈ, ਮੈਂ ਗੁਰੂ ਦਾ ਸਿੱਖ ਹਾਂ, ਇਹਨਾਂ ਦੇ ਚਰਨਾਂ ਦਾ ਸੇਵਾਦਾਰ, ਤੂੰ ਮੈਂ ਤੇ ਬਸ ਆਪਣੇ ਗੁਰੂ ਦਾ ਹੁਕਮ ਮੰਨਿਆ, ਇਹਨਾਂ ਨੇ ਆਖਿਆ ਕੱਪੜੇ ਧੋਣੇ ਨੇ, ਤੂੰ ਕੱਪੜੇ ਧੋਣੇ ਨੇ, ਇਹ ਧੁੱਬਣ ਜਾਂ ਨਾ ਧੁੱਬਣ, ਇਹ ਸੁੱਕਣ ਜਾਂ ਨਾ ਸੁੱਕਣ, ਇਹ ਗੁਰੂ ਜਾਣੇ, ਮੈਂ ਆਪਣਾ ਕੰਮ ਕਰਨਾ ਹੈ, ਇਹ ਸੁਕਾਉਣ ਦਾ ਕੰਮ ਮੇਰਾ ਨਹੀਂ ਹੈ, ਇਹ ਕੱਪੜਿਆਂ ਨੂੰ ਸੁਕਾਉਣਾ ਜਾਂ ਨਾ ਸੁਕਾਉਣਾ ਇਹ ਮੇਰੇ ਵੱਸ ਦੀ ਗੱਲ ਨਹੀਂ, ਤੇ ਮੈਂ ਹੁੰਦਾ ਵੀ ਕੌਣ ਹਾਂ ਕੱਪੜੇ ਸੁਕਾ ਸਕਾਂ, ਧੋ ਸਕਾਂ,
मैं ते बस अपने गुरु दा हुक्म मनना। ते फिर सत्ता बलवंड जी ए भी बचन लिखदे ने, गुरु महाराज जी ने जो भी बचन दिता है, जो भी हुक्म किया है, उनु सत बचन करके पाई लैना जी मनदे ने। सच जे गुर फरमाया क्यों एदो बोलो हट्टी है। भाई लैणा जी ने जो भी बचन सतगुरां ने दिता भाई लैणा जी नूं, सच जे गुर फरमाया उनू सच बचन कह के सिर मथे ते प्रवान कीता। एदे तो उल्टा एक पल भी भाई लैणा जी जांदे नहीं। तो भाई लैणा जी ओह ने जिन्हां ने अपने मन नूं मैदान वर्गा और निम्रता दे विच रह के नीवां भी कीता, गुरु महाराज जी दे हजूर भी रहे, हर तरां दी सेवा करदे रहे, हर तरां दी सेवा। पर बाबा श्री चंद बाबा लक्ष्मी दास ओ चाहे गुरु पुत्र ने, पर गुरु पुत्र हुंदिया हुया भी फरीदा गर्भ जिन्ना वड्याई, इन्हां दे मन दे विच वड्याईयां दा और ए वड्याई गुरु पुत्र होण दी। फिर सतगुरु महाराज उन्हां दे बचना दी पालना करदे ने, भाई लैणा जी उन्हां दे उपर किरपा भी हुंदी। जदों गुरु नानक दे महाराज मेहरामत करदे ने, फिर रहमत भरिया बदल जदों वरसदा है, भाई लैणा जी दे कोल सारा पानी इकट्ठा हो जांदा। जिवें नीवें थां ते वरखा दा पानी इकट्ठा हो जांदा है, तो सारियां रहमतां धन गुरु नानक दे महाराज जी दियां भाई लैणा जी दी झोली दे विच ने। ये इतिहास है। बाबा श्री चंद भी सखने रह गए और बाबा लक्ष्मी दास ओ भी खाली रह गए, भर गई झोली भाई लैणा जी दी। गुरता गद्दी दा तख्त उन्हां दे कोल आ गया, गुरता गद्दी दी वडियाई उन्हां दे कोल मिली। तो जिन्हां दे कोल होर दुनियावी चीजां दुनियावी पदार्थां जां गुरु पुत्र होण दा भी दावा है, ये वडियाई है, वह गुरु की खुशी नूं प्राप्त नहीं कर सकता, वह गुरु की खुशी नूं नहीं लै सकता। ये ते इतिहास है और गुरबाणी दे ये बोल ने सत्ता बलवंडा जी दी वार दे विच्चों। बाबा फरीद कहिंदे ने, फरीदा गर्भ जिन्ना वडियाई आ तन जोबन आगाह। फिर ये वडियाई ये मान ये टिब्बा हंकार दा ये धन दे आसरे ते उच्चा हो सकता है, वडियाइयां दे आसरे ते ये जोबन दे आसरे ते भी उच्चा हो सकता। जवानी दे विच भी मनुख गुरु की गल नूं नहीं मनदा, ते जिहदे कोल चार टके होण गुरु दे पिछे ते ओह भी नहीं चलदा। ओह कहिंदा है जिहड़ी चीज की लोड़ होवेगी पैसे दे के लै लवांगी, एवें की लोड़ है गुरु दे अगे नक गोडा रगड़न दी। तो पैसे बहुत ने अपने कोल, जिहड़ी चीज की लोड़ होवेगी लै लवांगे। जवानी दे विच भी मनुख आकड़ के चलदा है, तन तंदुरुस्त होवे, नौजवान होवे ते गुरु दे अगे सिर चुकावे। गुरु दे अगे सिर ते तकरीबन मनुख बेबसी दे विच चुकाउंदा, ये मनुख दा सुभा है। जिहड़ा गरीब होवेगा जिहदे कोल जवानी भी ना होवेगी, जदों जवानी दा ढाला पैंदा है, जवानी लंघदी जांदी दिखाई देंदी है, फिर मनुख गुरु दे वल नूं वधदा, फिर मनुख गुरु दे चरणां दे वल नूं आउंदा। 30-35 साल तों बाद ही तकरीबन गुरु चेते आउंदा। बाबा फरीद ते कहिंदे ने, फरीदा उमर सुहावड़ी संग सुवन्नड़ी देह, विरले के ही पाई अन जिन्ना प्यारे नेह। बाबा फरीद कहिंदे ने, नौजवान उमर होवे, बड़ा सुंदर शरीर होवे ते ए गुरु दे दर ते आउंदा होवे, ਉਹ ਕਹਿੰਦੇ ਨੇ ਵਿਰਲੇ ਕੇਈ ਪਾਈ ਜਾਂਦੇ, ਇਹਨਾਂ ਦੇ ਵਿੱਚੋਂ ਵਿਰਲੇ ਵਿਰਲੇ ਨੇ। ਸ਼ਰਾਬ ਵਾਲੇ ਠੇਕਿਆਂ ਦੇ ਉੱਪਰ, ਕਬਾਬ ਖਾਣ ਵਾਲੇ ਥਾਵਾਂ ਦੇ ਉੱਪਰ, ਕਲੱਬਾਂ ਦੇ ਵਿੱਚ, ਇਹਨਾਂ ਥਾਵਾਂ ਤੇ ਤਕਰੀਬਨ ਜਵਾਨ ਲੋਕ ਜਾਂਦੇ ਨੇ। ਜਵਾਨੀ ਤੇ ਸਾਰੀ ਦੀ ਸਾਰੀ ਠੇਕਿਆਂ ਤੇ ਕਲੱਬਾਂ ਦੇ ਵਿੱਚ, ਥੀਏਟਰਾਂ ਦੇ ਵਿੱਚ ਦਿਖਾਈ ਦਿੰਦੀ ਏ, ਗੁਰੂ ਦੇ ਦਰ ਤੇ ਕਿਧਰੇ ਕਿਧਰੇ ਕੋਈ ਆਉਂਦਾ। ਤੂੰ ਜਵਾਨੀ ਵੀ ਜਦੋਂ ਤੱਕ ਮਨੁੱਖ ਦੇ ਤਨ ਦੇ ਉੱਪਰ ਰਹਿੰਦੀ ਏ, ਬਾਬਾ ਫਰੀਦ ਕਹਿੰਦੇ ਨੇ ਟਿੱਬੇ ਵਰਗਾ ਜੀਵਨ ਹੁੰਦਾ ਹੈ, ਗੁਰੂ ਰਹਿਮਤਾਂ ਵੀ ਕਰੇ ਤੇ ਜਵਾਨ ਮਨੁੱਖ ਦੇ ਲਈ ਸੰਭਾਲਣੀਆਂ ਔਖੀਆਂ ਨੇ, ਇਸ ਕਰਕੇ ਜਵਾਨੀ ਤਕਰੀਬਨ ਬਰਬਾਦ ਹੀ ਚਲੀ ਜਾਂਦੀ। ਤੇ ਬਾਬਾ ਫਰੀਦ ਕਹਿੰਦੇ ਨੇ, ਮੈਂ ਇਸ ਤਰ੍ਹਾਂ ਦੀਆਂ ਕਈ ਜਵਾਨੀਆਂ ਜਾਂਦੀਆਂ ਹੋਈਆਂ ਦੇਖੀਆਂ ਨੇ। ਬਾਬਾ ਫਰੀਦ ਉਹਨਾਂ ਦੇ ਇਸ ਤਰ੍ਹਾਂ ਦੇ ਕਈ ਬਚਨ ਨੇ, ਜਵਾਨੀ ਦੇ ਬਾਰੇ ਉਹ ਬੋਲ ਕਰਦੇ ਨੇ। ਫਿਰ ਜਵਾਨੀ ਦਾ ਟਿੱਬਾ ਹੋ ਸਕਦਾ ਹੈ, ਤਨ ਦੌਲਤ ਦਾ ਟਿੱਬਾ ਹੋ ਸਕਦਾ, ਜਿਹਦੇ ਕੋਲ ਚਾਰ ਟਕੇ ਹੋਣ ਉਹ ਵੀ ਫਿਰ ਗੁਰੂ ਦੇ ਦਰ ਵੱਲ ਨੂੰ ਮੂੰਹ ਨਹੀਂ ਕਰਦਾ, ਉਹ ਨਸ਼ਿਆਂ ਦੇ ਵੱਲ, ਹੋਰ ਪੀਰਾਂ ਫਕੀਰਾਂ ਦੇ ਦਰਾਂ ਤੇ ਚਲਿਆ ਜਾਵੇਗਾ, ਗੁਰੂ ਦੇ ਦਰ ਤੇ ਨਹੀਂ ਆਉਂਦਾ। ਤੋ ਬਾਬਾ ਫਰੀਦ ਕਹਿੰਦੇ ਨੇ, ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੇ ਟਿੱਬੇ ਨੇ, ਵਡਿਆਈਆਂ ਦਾ, ਜੋਬਨ ਦਾ, ਧਨ ਦਾ, ਖਾਲੀ ਚੱਲੇ ਧਨੀ ਸਿਉਂ।
ਗੁਰੂ ਨੇ ਰਹਿਮਤਾਂ ਵੀ ਕੀਤੀਆਂ ਨੇ ਪਰ ਇਹ ਤੇ ਸਖਨੇ ਹੀ ਚਲੇਗਾ, ਜਿਵੇਂ ਟਿੱਬਾ ਖਾਲੀ ਚਲਿਆ ਜਾਂਦਾ। ਤੂੰ ਹੁਣ ਕੀ ਕੀਤਾ ਜਾਵੇ? ਬਾਬਾ ਫਰੀਦ ਕਹਿੰਦੇ ਨੇ ਇਹਨਾਂ ਟਿੱਬਿਆਂ ਨੂੰ ਪੱਧਰਾ ਕਰ, ਹੋਰ ਕਰਨਾ ਕੀ ਹੈ? ਇਹ ਧਨ ਦਾ ਇਹ ਜੋਬਣ ਦਾ ਹੰਕਾਰ ਇੱਕ ਪਾਸੇ ਤੇ ਕਰ, ਕਿਵੇਂ ਕਰ ਦਈਏ? ਤੇਰਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਏ, ਫਿਰ ਪੰਜਾਂ ਤੱਤਾਂ ਦੇ ਵਿੱਚੋਂ ਇੱਕ ਤੱਤ ਹੈ ਇਹ ਮਿੱਟੀ ਦਾ। ਭਾਈ ਗੁਰਦਾਸ ਕਹਿੰਦੇ ਨੇ ਤੂੰ ਆਪਣੇ ਆਪ ਨੂੰ ਇਹ ਸਿੱਖਿਆ ਮਿੱਟੀ ਤੋਂ ਲੈ, ਤੂੰ ਮਿੱਟੀ ਦੇ ਉੱਪਰ ਚੱਲਦਾ ਏ, ਮਿੱਟੀ ਦੇ ਉੱਪਰ ਤੁਰਦਾ ਫਿਰਦਾ ਏ, ਪੰਜਾਂ ਤੱਤਾਂ ਦੇ ਵਿੱਚੋਂ ਇੱਕ ਤੱਤ ਵੀ ਮਿੱਟੀ ਹੈ, ਔਰ ਮਿੱਟੀ ਦਾ ਸੁਭਾਅ ਹੈ ਉਹ ਧਰਤੀ ਤੋਂ ਬਣੀ ਏ, ਸਾਰੀ ਧਰਤੀ ਮਿੱਟੀ ਦੀ ਹੈ, ਔਰ ਧਰਤੀ ਜਿਸ ਤਰ੍ਹਾਂ ਦੀ ਹੈ ਤੂੰ ਇਸ ਤਰ੍ਹਾਂ ਦਾ ਹੋ, ਤੂੰ ਧਰਤੀ ਦੇ ਵਰਗਾ ਗੁਣ ਧਾਰਨ ਕਰ। ਧਰਤੀ ਦਾ ਕੀ ਗੁਣ ਹੈ? ਭਾਈ ਗੁਰਦਾਸ ਦੱਸਦੇ ਨੇ ਸਭ ਤੋਂ ਨੀਵੀਂ ਧਰਤ ਹੈ, ਜਿਵੇਂ ਧਰਤੀ ਸਾਰਿਆਂ ਦੇ ਨਾਲੋਂ ਨੀਵੀਂ ਹੈ, ਪੰਜਾਂ ਤੱਤਾਂ ਦੇ ਨਾਲੋਂ ਵੀ ਧਰਤੀ ਨੀਵੀਂ ਹੈ, ਅਸਮਾਨ ਬਹੁਤ ਉੱਚਾ ਹੈ, ਅੱਗ ਦਾ ਸੁਭਾਅ ਵੀ ਉੱਚਾ ਹੈ, ਹਵਾ ਵੀ ਧਰਤੀ ਦੇ ਉੱਪਰ ਵਗਦੀ ਹੈ, ਤੂੰ ਸਾਰੇ ਤੱਤ ਤੇ ਉੱਚੇ ਨੇ। ਫਿਰ ਮਨੁੱਖ ਵੀ ਸਾਰੇ ਦੇ ਸਾਰੇ ਧਰਤੀ ਦੇ ਉੱਪਰ ਹੀ ਚੱਲਦੇ ਨੇ, ਇੱਥੋਂ ਤੱਕ ਕਿ ਪਸ਼ੂ ਪੰਛੀ ਕੀੜੇ ਮਕੌੜੇ ਉਹ ਵੀ ਧਰਤੀ ਦੇ ਉੱਪਰ, ਪੇੜ ਪੌਦੇ ਨੇ ਸਾਰੇ ਧਰਤੀ ਦੇ ਉੱਪਰ, ਬੜੇ ਬੜੇ ਦੁਸ਼ਟ ਮਨੁੱਖ ਵੀ ਇਸ ਧਰਤੀ ਦੇ ਉੱਪਰ ਹੀ ਚੱਲਦੇ ਨੇ। ਤੂੰ ਧਰਤੀ ਸਾਰਿਆਂ ਦੇ ਪੈਰਾਂ ਦੇ ਥੱਲੇ, ਪਸ਼ੂ ਪੰਛੀਆਂ ਦੇ ਵੀ ਪੈਰਾਂ ਦੇ ਥੱਲੇ, ਚਾਹੇ ਕੋਈ ਗੁਰਮੁਖ ਹੈ ਚਾਹੇ ਕੋਈ ਮਨਮੁਖ ਹੈ, ਧਰਤੀ ਤੇ ਆਪਣੇ ਆਪ ਨੂੰ ਸਾਰਿਆਂ ਦੇ ਪੈਰਾਂ ਦੇ ਥੱਲੇ ਰੱਖਦੀ। ਭਾਈ ਗੁਰਦਾਸ ਕਹਿੰਦੇ ਨੇ ਤੇਰੇ ਅੰਦਰ ਇਤਨੀ ਨਿਮਰਤਾ ਹੋਣੀ ਚਾਹੀਦੀ ਏ ਜਿਵੇਂ ਧਰਤੀ ਦਾ ਸੁਭਾਅ ਹੈ, ਤੂੰ ਸਾਰਿਆਂ ਦੇ ਨਾਲੋਂ ਆਪਣੇ ਆਪ ਨੂੰ ਨੀਵਾਂ ਸਮਝ, ਸਾਰਿਆਂ ਦੇ ਨਾਲੋਂ ਨੀਵਾਂ, ਤੇਰੇ ਵਿੱਚ ਇਤਨੀ ਨਿਰਮਾਨਤਾ ਹੋਵੇ, ਔਰ ਇਹ ਨੀਵਾਂ ਹੋਣਾ ਇਤਨਾ ਨੀਵਾਂ ਹੋਵੇ ਕੋਈ ਵੀ ਐਸਾ ਨਾ ਹੋਵੇ ਜਿਹਦੇ ਤੂੰ ਸਿਰ ਦੇ ਉੱਪਰ ਬੈਠਦਾ ਹੋਵੇ, ਚਾਹੇ ਕੋਈ ਜਾਨਵਰਾਂ ਵਰਗੇ ਸੁਭਾਅ ਦਾ ਮਾਲਕ ਹੋਵੇ, ਤੂੰ ਉਹਦੇ ਵੀ ਚਰਨਾਂ ਦੇ ਖਾਕ ਬਣ, ਤੂੰ ਸਾਰਿਆਂ ਤੋਂ ਨੀਵਾਂ ਬਣ ਜਿਵੇਂ ਧਰਤੀ ਸਾਰਿਆਂ ਤੋਂ ਥੱਲੇ ਹੈ। ਤੋ ਸਿੱਖ ਦਾ ਜੀਵਨ ਇਸ ਤਰ੍ਹਾਂ ਦਾ ਹੋਵੇ, ਭਾਈ ਗੁਰਦਾਸ ਉਹਨਾਂ ਨੇ ਜੋ ਕੁਝ ਬਿਆਨ ਕੀਤਾ, ਜਿਵੇਂ ਧਰਤੀ ਦਾ ਸੁਭਾਅ ਹੈ, ਧਰਤੀ ਵਰਗੀ ਨਿਰਮਾਨਤਾ ਤੇਰੇ ਅੰਦਰ ਹੋਵੇ, ਫਿਰ ਜਿਵੇਂ ਵਰਖਾ ਹੁੰਦੀ ਏ ਤੋ ਸਾਰੀ ਵਰਖਾ ਚਾਹੇ ਅਸਮਾਨ ਤੱਕ ਬੱਦਲ ਚਲੇ ਜਾਂਦੇ ਨੇ, ਪਾਣੀ ਅਸਮਾਨ ਦੇ ਵਿੱਚ ਹੈ ਪਰ ਉਹ ਵੀ ਉੱਪਰੋਂ ਫਿਰ ਧਰਤੀ ਤੇ ਆਉਂਦਾ ਏ, ਥੱਲੇ ਹੀ ਆਉਂਦਾ। ਤੋ ਜਿਸ ਮਨੁੱਖ ਦਾ ਮਨ ਧਰਤੀ ਵਰਗਾ ਹੈ, ਨੀਵਾਂ ਹੈ, ਜਦੋਂ ਅਸਮਾਨ ਤੋਂ ਵਰਖਾ ਹੋਵੇਗੀ, ਧਰਤੀ ਵਰਗਾ ਮਨ ਹੋਵੇਗਾ, ਗੁਰੂ ਦੀਆਂ ਰਹਿਮਤਾਂ ਹੋਣਗੀਆਂ, ਇਹਦੀਆਂ ਝੋਲੀਆਂ ਭਰ ਜਾਣਗੀਆਂ, ਇਹਦੀਆਂ ਝੋਲੀਆਂ ਗੁਰੂ ਦੀਆਂ ਰਹਿਮਤਾਂ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਭਰਨਗੀਆਂ। ਪਰ ਜੇਕਰ ਕਿਧਰੇ ਇਹ ਟਿੱਬਿਆਂ ਵਰਗਾ ਰਹਿ ਗਿਆ, ਪਹਾੜਾਂ ਵਰਗਾ ਰਹਿ ਗਿਆ, ਵਰਖਾ ਤੇ ਪਹਾੜਾਂ ਤੇ ਵੀ ਹੁੰਦੀ ਹੈ ਪਰ ਪਹਾੜਾਂ ਦੇ ਹੋਈ ਵਰਖਾ ਵੀ ਫਿਰ ਟਿੱਬਿਆਂ ਦੇ ਵੱਲ ਚੱਲ ਪੈਂਦੀ। ਵਰਖਾ ਤੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਤੇ ਵੀ ਸਤਿਗੁਰੂ ਕਰਦੇ ਨੇ, ਪਰ ਉਹ ਸਾਰੀ ਵਰਖਾ ਦਾ ਪਾਣੀ ਮੁੜ ਕੇ ਆ ਜਾਂਦਾ ਹੈ ਭਾਈ ਲਹਿਣਾ ਜੀ ਦੀ ਝੋਲੀ ਦੇ ਵਿੱਚ। ਕਿਉਂ? ਉਹ ਨਿਮਰਤਾ ਦੇ ਵਿੱਚ ਨੇ, ਹਰ ਇੱਕ ਬਚਨ ਨੂੰ ਸਤ ਬਚਨ ਕਰਕੇ ਮੰਨਦੇ ਨੇ। ਤੋ ਅੱਜ ਦੇ ਇਸ ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਗੁਰੂ ਦੇ ਉੱਪਰ ਤੇ ਤੇਰਾ ਕੋਈ ਜ਼ੋਰ ਨਹੀਂ ਹੈ, ਬਦਲਾਂ ਦੇ ਉੱਪਰ ਤੇ ਸਾਡਾ ਕੋਈ ਵਸ ਨਹੀਂ ਕਿ ਅਸੀਂ ਮੀਂਹ ਪਵਾ ਸਕੀਏ, ਪਰ ਤੂੰ ਆਪਣੀ ਤਿਆਰੀ ਕਰਕੇ ਰੱਖ। ਆਪਣੀ ਤਿਆਰੀ ਕੀ ਹੈ? ਆਪਣੀ ਤਿਆਰੀ ਬਸ ਇਤਨੀ ਹੈ ਕਿ ਤੇਰੇ ਅੰਦਰ ਨਿਮਰਤਾ ਚਾਹੀਦੀ ਹੈ ਔਰ ਹੰਕਾਰ ਦੀ ਕਣੀ ਨਾ ਹੋਵੇ। ਇਹ ਹੰਕਾਰ ਨੂੰ ਨਿਮਰਤਾ ਦੇ ਵਿੱਚ ਤਬਦੀਲ ਕਰ, ਆਪਣੇ ਟਿੱਬਿਆਂ ਵਰਗੇ ਮਨ ਨੂੰ ਤੂੰ ਮੈਦਾਨ ਦੀ ਤਰ੍ਹਾਂ ਕਰ, ਬਿਲਕੁਲ ਪੱਧਰਾ ਕਰ। ਕਿਵੇਂ ਕਰ ਲਈਏ ਮਨ ਨੂੰ ਪੱਧਰਾ? ਬਸ ਇਹ ਸੰਗਤ ਦੇ ਵਿੱਚ ਆਉਣ ਦੇ ਨਾਲ, ਸੰਗਤ ਦੇ ਵਿੱਚ ਆ ਕੇ ਬੈਠਣ ਦੇ ਨਾਲ, ਗੁਰੂ ਦੇ ਦਰ ਦੀ ਸੇਵਾ ਕਰਨ ਦੇ ਨਾਲ, ਇਲਾਹੀ ਬਾਣੀ ਦਾ ਪਾਠ, ਕਥਾ ਕੀਰਤਨ, ਅੰਮ੍ਰਿਤ ਵੇਲੇ ਉੱਠ ਕੇ ਕੁਝ ਸਮਾਂ ਮੂਲ ਮੰਤਰ ਦਾ, ਗੁਰਮੰਤਰ ਦਾ ਅਭਿਆਸ, ਇਹ ਸਾਰੇ ਕਰਮ ਬਸ ਇਸੇ ਵਾਸਤੇ ਨੇ ਕਿਧਰੇ ਇਹ ਟਿੱਬੇ ਵਰਗਾ ਮਨ ਨੀਵਾਂ ਹੋ ਜਾਏ, ਕਿਧਰੇ ਇਹ ਟਿੱਬੇ ਵਰਗਾ ਮਨ ਮੈਦਾਨ ਹੋ ਜਾਏ, ਨਿਮਰਤਾ ਦੇ ਵਿੱਚ ਆ ਜਾਏ। ਭਾਈ ਲਹਿਣਾ ਜੀ ਬੜੀ ਸੇਵਾ ਕਰਦੇ ਨੇ, ਨਿਮਰਤਾ ਦੇ ਪੁੰਜ ਹੋ ਜਾਂਦੇ ਨੇ, ਨਿਮਰਤਾ ਦੇ ਘਰ ਬਣਦੇ ਨੇ, ਸਤਿਗੁਰਾਂ ਦੀਆਂ ਰਹਿਮਤਾਂ ਦੇ ਪਾਤਰ ਬਣਦੇ ਨੇ, ਔਰ ਇਸ ਤਰ੍ਹਾਂ ਦੇ ਨਾਲ ਸੈਂਕੜੇ ਸਿੱਖ ਨੇ। ਗੁਰ ਇਤਿਹਾਸ ਭਰਿਆ ਪਿਆ ਹੈ ਉਹਨਾਂ ਸਿੱਖਾਂ ਦੇ ਨਾਲ ਜਿਨ੍ਹਾਂ ਦੇ ਜੀਵਨ ਦੇ ਵਿੱਚ ਮੈਦਾਨ ਵਰਗਾ ਜੀਵਨ, ਧਰਤੀ ਵਰਗਾ ਜੀਵਨ, ਗੁਰੂ ਦੀਆਂ ਰਹਿਮਤਾਂ ਦੇ ਨਾਲ ਉਹ ਨਿਵਾਜੇ ਗਏ ਨੇ। ਲੇਕਿਨ ਜਿਹੜੇ ਟਿੱਬਿਆਂ ਦੀ ਤਰ੍ਹਾਂ ਰਹਿ ਜਾਂਦੇ ਨੇ, ਸਤਿਗੁਰੂ ਕਹਿੰਦੇ ਨੇ ਖਾਲੀ, ਤੂੰ ਗੁਰੂ ਦੇ ਦਰ ਤੇ ਜਾਂ ਸੰਗਤ ਦੇ ਵਿੱਚ ਬੈਠ, ਕਿਧਰੇ ਗੁਰੂ ਦੀ ਕਿਰਪਾ ਦੇ ਸਦਕਾ ਤੇਰਾ ਮਨ ਟਿੱਬਿਆਂ ਤੋਂ ਮੈਦਾਨ ਵਰਗਾ ਹੋਵੇ,
तू खेत मियाला उचिया जिमें एक जिमीदार वह अपने खेत दियां वटा नूं मियालां नूं उचियां करके रखता है। उहदा कारण बस इतना है कि बदल पवेगा वर्खा होवेगी खेत पानी दे नाल पर जाएगा। कर उच्चा निरनाओ यह गल ते बिल्कुल स्पष्ट है, यह गल ते सीधी जी है कि बदल बहुत उच्चे ने, पर तू अपने खेत दियां वटा नूं भी उचियां कर। जदों वर्खा हुंदी है ते खेत पानी दे नाल पर जांदा है। जिन्हें अपने खेत दियां वटां सांभ के रखियां ने, भाव जिन्हें गुरु की सिक्ख्या अनुसार संगत दे विच आ के जीवन बतीत किया है, उहदे उपर गुरु दियां रहमतां हुंदियां ने, गुरु की कृपा हुंदी है। महल भगती कर सरै सज्जन पाहुणियो, जिसने अपने हिरदे दे विच भगती नूं धारण किया है, चंगे गुणा नूं गुरु की सिक्ख्या नूं धारण किया है, जिहदे कोल सत संतोख भगती आदिक कर दे विच गुण ने साजो समान है। सज्जन पाहुणियो ओ जो प्रहुणा है, ओ जो सज्जन है परमात्मा उस दे घर दे विच आउंदा, ते जिहदा घर ही ना होवे ते घर दे विच कुछ खाण दे लई भी ना होवे तो ओहदे घर दे विच कोई रिश्तेदार नहीं आउंदा। गरीब दे घर दे विच कोई रिश्तेदार नहीं, क्यों? कुछ खाण दे लई ही घर दे विच नहीं है। पर जिहदे कोल गुणा दे खजाने ने, जिहदे कोल दया है, संतोख है, गुरु दी सिक्ख्या है, निम्रता है, ਇਹ ਸਾਰੇ ਗੁਣ ਜਿਹਦੇ ਕੋਲ ਨੇ ਉਹਦੇ ਘਰ ਦੇ ਵਿੱਚ ਫਿਰ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਆਉਂਦਾ। ਜਿਵੇਂ ਅਮੀਰਾਂ ਦੇ ਘਰ ਦੇ ਵਿੱਚ ਲੋਕ ਜਾਂਦੇ ਨੇ, ਤੋ ਜਿਹਦੇ ਕੋਲ ਗੁਣਾ ਕਰਕੇ ਜੋ ਅਮੀਰ ਹੈ, ਕੋਈ ਧਨ ਕਰਕੇ ਅਮੀਰ ਹੋ ਸਕਦਾ ਹੈ, ਕੋਈ ਗੁਣਾ ਕਰਕੇ ਅਮੀਰ, ਕੋਈ ਗੁਣਾ ਕਰਕੇ ਗਰੀਬ ਹੋ ਸਕਦਾ ਹੈ, ਕੋਈ ਧਨ ਕਰਕੇ ਗਰੀਬ। ਤੋ ਜਿਹੜਾ ਧਨ ਕਰਕੇ ਗਰੀਬ ਹੈ ਉਹਦੇ ਘਰ ਦੇ ਵਿੱਚ ਦੁਨਿਆਵੀ ਰਿਸ਼ਤੇਦਾਰ ਬਹੁਤ ਘੱਟ, ਪਰ ਜਿਹੜਾ ਗੁਣਾ ਕਰਕੇ ਗਰੀਬ ਹੈ ਉਹਦੇ ਘਰ ਦੇ ਵਿੱਚ ਪਰਮਾਤਮਾ ਨਹੀਂ ਆਉਂਦਾ, ਉਹਦੇ ਉੱਪਰ ਫਿਰ ਗੁਰੂ ਦੀ ਕਿਰਪਾ ਨਹੀਂ। ਗੁਰੂ ਦੀ ਕਿਰਪਾ ਤੇ ਉਹਦੇ ਉੱਪਰ ਹੈ ਜਿਹੜਾ ਘਰ ਦੇ ਕਰਕੇ ਤੇ ਚਾਹੇ ਗਰੀਬ ਹੋਵੇ ਪਰ ਗੁਣਾ ਕਰਕੇ ਅਮੀਰ, ਜੈਸੇ ਭਾਈ ਲਾਲੋ ਹੋ, ਜੈਸੇ ਕਿ ਬਿਦਰ ਹੈ, ਜੈਸੇ ਭਗਤ ਕਬੀਰ ਨੇ, ਚੌਂਪੜੀ ਦੇ ਵਿੱਚ ਚਾਹੇ ਰਹਿੰਦੇ ਨੇ ਪਰ ਗੁਣਾ ਕਰਕੇ ਤੇ ਉਹ ਬਾਦਸ਼ਾਹ ਨੇ, ਉਹ ਰਾਜੇ ਨੇ, ਤੋ ਉਹਨਾਂ ਦੇ ਘਰ ਦੇ ਵਿੱਚ ਪਰਮਾਤਮਾ ਆਉਂਦਾ ਏ। ਭਗਤ ਕਬੀਰ ਜੀ ਖੁਦ ਉਹਨਾਂ ਦੇ ਬਚਨ ਨੇ, ਉਹ ਕਹਿੰਦੇ ਨੇ ਮੇਰੇ ਘਰ ਦੇ ਵਿੱਚ ਪਰਮਾਤਮਾ ਹੈ। ਭਗਤ ਨਾਮਦੇਵ ਜੀ ਦੇ ਇਸ ਤਰ੍ਹਾਂ ਦੇ ਬਚਨ ਨੇ, ਤੂੰ ਸੱਜਣ ਪਾਹੁਣਿਓ, ਉਹ ਸੱਜਣ ਉਹ ਜੋ ਪ੍ਰਹੁਣਾ ਹੈ ਉਹ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਘਰ ਦੇ ਵਿੱਚ ਆਉਂਦਾ। ਬਰਸ ਨਾ ਤਾਂ ਬਰਸ ਕਨਾ ਬਾਹੁੜ ਬਰਸਹਿ ਕਾਹੇ, ਜਿਸ ਸਿੱਖ ਨੇ ਆਪਣੇ ਜੀਵਨ ਨੂੰ ਨਿਮਰਤਾ ਦੇ ਨਾਲ ਬਣਾ ਲਿਆ, ਜਿਹਨੇ ਟਿੱਬੇ ਪਾਸੇ ਕਰ ਲਏ ਨੇ, ਜਿਸਨੇ ਆਪਣਾ ਖੇਤ ਤਿਆਰ ਕਰ ਲਿਆ, ਫਿਰ ਉਹ ਤੇ ਇਸ ਤਰ੍ਹਾਂ ਦੇ ਨਾਲ ਅਰਦਾਸ ਵੀ ਕਰ ਸਕਦਾ ਹੈ ਗੁਰੂ ਦੇ ਅੱਗੇ, ਪਰਮਾਤਮਾ ਦੇ ਅੱਗੇ, ਐ ਵਾਹਿਗੁਰੂ ਤੂੰ ਜਿਸ ਤਰ੍ਹਾਂ ਦੇ ਨਾਲ ਕਿਹਾ ਸੀ ਮੈਂ ਉਸੇ ਤਰ੍ਹਾਂ ਦੇ ਨਾਲ ਕੀਤਾ, ਮੈਂ ਆਪਣੇ ਜੀਵਨ ਦਾ ਖੇਤ ਤਿਆਰ ਕਰ ਲਿਆ ਹੈ, ਇਸ ਕਰਕੇ ਹੁਣ ਤੇ ਬਸ ਤੇਰੀ ਰਹਿਮਤ ਦੀ ਲੋੜ ਹੈ, ਹੁਣ ਤੂੰ ਕਿਰਪਾ ਕਰ। ਬਰਸ ਨਾ ਤਾਂ ਬਰਸ ਕਨਾ ਬਾਹੁੜ ਬਰਸੈ ਕਾਹੇ, ਜੇ ਵਰਸਨਾ ਹੈ, ਕਿਰਪਾ ਕਰਨੀ ਹੈ, ਮੈਂ ਖੇਤ ਤਿਆਰ ਕਰ ਲਿਆ ਹੈ, ਮੇਰਾ ਜੀਵਨ ਬਿਲਕੁਲ ਤਿਆਰ ਹੈ, ਹੁਣ ਤੂੰ ਰਹਿਮਤ ਕਰ, ਬਾਅਦ ਦੇ ਵਿੱਚ ਰਹਿਮਤ ਕਾਹਦੇ ਲਈ। ਜੇ ਬਰਸਨਾ ਹੈ, ਕਿਰਪਾ ਕਰਨੀ ਹੈ, ਹੁਣ ਮੇਰੇ ਕੋਲ ਜੀਵਨ ਹੈ, ਹੁਣ ਤੂੰ ਰਹਿਮਤ ਕਰ, ਕਿਰਪਾ ਕਰ। ਇਹਦੇ ਵਿੱਚ ਮਾਣ ਵੀ ਹੈ ਤੇ ਇਹਦੇ ਵਿੱਚ ਲਾਡ ਵੀ ਹੈ। ਬੜੇ ਪਿਆਰ ਦੇ ਨਾਲ, ਲਾਡ ਦੇ ਨਾਲ ਗੁਰੂ ਦੇ ਅੱਗੇ ਬੇਨਤੀ, ਐ ਗੁਰੂ ਜੋ ਤੂੰ ਕਿਹਾ ਸੀ ਮੈਂ ਕਰ ਲਿਆ ਹੈ, ਹੁਣ ਤੂੰ ਰਹਿਮਤ ਕਰ, ਬਾਅਦ ਦੇ ਵਿੱਚ ਤੇਰੀ ਰਹਿਮਤ ਦਾ ਕੀ ਫਾਇਦਾ, ਬਾਅਦ ਦੇ ਵਿੱਚ ਰਹਿਮਤ ਕੀ ਕਰੇਗੀ। ਭਗਤਾਂ ਨੇ ਇਸ ਤਰ੍ਹਾਂ ਦੇ ਨਾਲ ਪਿਆਰ ਦੇ ਨਾਲ ਬੇਨਤੀਆਂ ਕੀਤੀਆਂ ਨੇ, ਐ ਗੁਰੂ ਤੂੰ ਰਹਿਮਤ ਕਰ। ਭਗਤ ਸਦਨਾ ਜੀ ਵੀ ਕਹਿੰਦੇ ਨੇ, ਡੂਬ ਮੂਏ ਨੌਕਾ ਮਿਲੇ ਕਹੋ ਕਾਹੇ ਚੜਾਵੋ। ਭਗਤ ਸਦਨਾ ਜੀ ਕਹਿੰਦੇ ਨੇ, ਬੰਦਾ ਡੁੱਬ ਕੇ ਮਰ ਜਾਏ ਤੇ ਐ ਪਰਮਾਤਮਾ ਫਿਰ ਤੂੰ ਬੇੜੀ ਤੇ ਕਿਸ ਨੂੰ ਚੜਾਵੇਂਗਾ, ਤੇਰੀ ਬੇੜੀ ਤੇ ਕੌਣ ਚੜੇ। ਤੂੰ ਬੇੜੀ ਤੇ ਉਦੋਂ ਹੀ ਚੜਿਆ ਜਾ ਸਕਦਾ ਹੈ ਜਦੋਂ ਅਜੇ ਡੁੱਬਣ ਦੇ ਵਿੱਚ ਵੀ ਹੈ ਤੇ ਬਚ ਵੀ ਸਕਦਾ, ਜਦੋਂ ਤੱਕ ਪੂਰਾ ਡੁੱਬਿਆ ਨਹੀਂ। ਤੂੰ ਸਤਿਗੁਰੂ ਕਿਰਪਾ ਕਰਦੇ ਨੇ, ਮੈਂ ਆਪਣਾ ਖੇਤ ਤਿਆਰ ਕਰ ਲਿਆ ਹੈ, ਤੂੰ ਕਿਰਪਾ ਕਰ, ਹੁਣ ਰਹਿਮਤ ਕਰ, ਵਰਸ, ਬਾਅਦ ਦੇ ਵਿੱਚ ਤੇਰੀ ਵਰਖਾ, ਬਾਅਦ ਦੇ ਵਿੱਚ ਤੇਰੀ ਰਹਿਮਤ ਕੀ ਕਰੇਗੀ। ਨਾਨਕ ਤਿੰਨ ਬਲਿਹਾਰ ਨੈ ਜਿਨ ਗੁਰਮੁਖ ਪਾਇਆ ਮਨ ਮਾਹੇ, ਸਤਿਗੁਰੂ ਕਿਰਪਾ ਕਰਦੇ ਨੇ ਉਹਨਾਂ ਤੋਂ ਕੁਰਬਾਨ ਬਲਿਹਾਰ ਹਾਂ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਸਦਕਾ ਆਪਣੇ ਮਨ ਦੇ ਵਿੱਚ ਹੀ ਉਹ ਪਰਮਾਤਮਾ ਨੂੰ ਪਾ ਲਿਆ ਹੈ, ਜਿਨ੍ਹਾਂ ਤੇ ਐਸੀ ਰਹਿਮਤ ਹੈ। ਮਹੱਲਾ ਤੀਜਾ ਮਿੱਠਾ ਸੋ ਜੋ ਭਾਵ ਦਾ ਸੱਜਣ ਸੋ ਜੇ ਰਾਸ, ਸਤਿਗੁਰੂ ਕਿਰਪਾ ਕਰਦੇ ਨੇ ਮਿੱਠਾ ਤੇ ਉਹ ਹੈ ਜਿਹੜਾ ਮਨ ਨੂੰ ਚੰਗਾ ਲੱਗੇ। ਕਿਸੇ ਨੂੰ ਕੁਝ ਚੰਗਾ ਲੱਗਦਾ ਹੈ, ਕਿਸੇ ਨੂੰ ਕੁਝ ਚੰਗਾ ਲੱਗਦਾ ਹੈ,
ਇੱਕ ਸ਼ਰਾਬੀ ਮਨੁੱਖ ਹੋਵੇ ਉਹਨੂੰ ਸ਼ਰਾਬ ਹੀ ਚੰਗੀ ਲੱਗਦੀ ਹੈ, ਚਾਹੇ ਸ਼ਰਾਬ ਕੌੜੀ ਹੈ ਪਰ ਸ਼ਰਾਬੀ ਦੇ ਲਈ ਤੇ ਉਹੀ ਮਿੱਠੀ ਹੈ। ਤੂੰ ਮਿੱਠਾ ਤੇ ਉਹ ਹੈ ਜਿਹੜਾ ਮਨ ਨੂੰ ਚੰਗਾ ਲੱਗੇ। ਸੱਜਣ ਸੋਜ ਏ ਰਾਸ, ਸੱਜਣ ਮਿੱਤਰ ਤੇ ਉਹ ਹੁੰਦਾ ਹੈ ਜਿਹਦੇ ਨਾਲ ਲੰਬਾ ਸਮਾਂ ਦੋਸਤੀ ਨਿਭ ਸਕੇ। ਸੱਜਣ ਤੇ ਉਹ ਜਿਹੜਾ ਰਾਸ ਆ ਜਾਏ ਜਿਹਦੇ ਨਾਲ ਗੱਲਬਾਤ ਮਿਲਦੀ ਹੋਵੇ। ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ। ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਦੇ ਨਾਲ ਗੁਰਮੁਖ ਉਹ ਜਾਣਿਆ ਜਾਂਦਾ ਹੈ ਜਿਹਦੇ ਉੱਪਰ ਉਹ ਆਪ ਕਿਰਪਾ ਕਰਦਾ, ਜਿਹਦੇ ਤੇ ਉਹ ਆਪ ਰਹਿਮਤ ਕਰਦਾ ਹੈ, ਜਿਹਦੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਪੌੜੀ ਪ੍ਰਭ ਪਾਸ ਜਨਕੀ ਅਰਦਾਸ, ਤੂੰ ਸੱਚਾ ਸਾਈ। ਐ ਮਾਲਕ ਤੇਰੇ ਅੱਗੇ ਦਾਸ ਦੀ ਅਰਦਾਸ ਹੈ, ਬੇਨਤੀ ਹੈ, ਕਿਉਂਕਿ ਤੂੰ ਸੱਚਾ ਹੈ, ਤੂੰ ਸਾਰਿਆਂ ਦਾ ਮਾਲਕ ਹੈ। ਤੂੰ ਰਖਵਾਲਾ ਸਦਾ ਸਦਾ ਹੋ ਤੁਧ ਧਿਆਈ, ਤੂੰ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ, ਰਖਵਾਲਾ ਹੈ। ਇਸ ਕਰਕੇ ਮੈਂ ਤੇ ਹਰ ਵੇਲੇ ਤੇਰਾ ਹੀ ਧਿਆਨ ਕਰਦਾ, ਤੇਰੀ ਅਰਾਧਨਾ ਕਰਦਾ। ਜੀ ਜੰਤ ਸਭ ਤੇਰੇ ਆ, ਤੂੰ ਰਹਿਆ ਸਮਾਈ। ਇਹ ਸਾਰੇ ਜੀਵ ਜੰਤ ਸੰਸਾਰ ਤੇਰਾ ਬਣਾਇਆ ਹੋਇਆ ਹੈ, ਔਰ ਤੂੰ ਸਾਰਿਆਂ ਦੇ ਵਿੱਚ ਵਿਆਪਕ ਹੈ, ਰਮਿਆ ਹੋਇਆ ਹੈ। ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ। ਜੋ ਵੀ ਤੇਰੇ ਦਾਸ ਦੀ, ਤੇਰੇ ਸੰਤ ਦੀ, ਭਗਤ ਦੀ ਨਿੰਦਿਆ ਕਰਦਾ ਹੈ, ਤੂੰ ਉਸਨੂੰ ਮਾਰ ਦਿੰਦਾ, ਤੂੰ ਉਸਨੂੰ ਖੁਆਰ ਕਰਦਾ ਹੈ, ਉਸਨੂੰ ਉਹਦੀ ਕੀਤੀ ਹੋਈ ਦਾ ਫਲ ਦਿੰਦਾ ਹੈ। ਚਿੰਤਾ ਛੱਡ ਅਚਿੰਤ ਰਹੋ, ਨਾਨਕ ਲੱਗ ਪਾਈ। ਇਸ ਕਰਕੇ ਸਤਿਗੁਰੂ ਕਿਰਪਾ ਕਰਦੇ ਨੇ, ਉਹ ਰਖਵਾਲਾ ਹੈ, ਸਾਰਿਆਂ ਤੇ ਰਹਿਮਤਾਂ ਕਰਨ ਵਾਲਾ ਹੈ, ਸਾਰਿਆਂ ਦਾ ਮਾਲਕ ਹੈ। ਤੂੰ ਭਾਈ ਸਿੱਖਾ ਉਸ ਗੁਰੂ ਦੇ ਚਰਨਾਂ ਦੇ ਵਿੱਚ ਹਰ ਵੇਲੇ ਸਮਾਇਆ ਰਹਿ, ਤੂੰ ਹੋਰ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰ। ਕੋਈ ਤੇਰੀ ਨਿੰਦਿਆ ਕਰੇ, ਕੋਈ ਤੇਰਾ ਮਾੜਾ ਕਰੇ, ਤੂੰ ਉਹਦੀ ਫਿਕਰ ਨਾ ਕਰ, ਕਿਉਂਕਿ ਉਹ ਨਿੰਦਾ ਕਰਨ ਵਾਲੇ ਨੂੰ, ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਏ, ਜੋ ਗਲਤ ਕਰਦਾ ਹੈ ਉਹਨੂੰ ਉਹ ਪਰਮਾਤਮਾ ਸਤਿਗੁਰੂ ਆਪ ਸਜ਼ਾ ਦੇਣ ਵਾਲੇ ਨੇ। ਚਿੰਤਾ ਛੱਡ ਅਚਿੰਤ ਰਹੋ, ਤੂੰ ਚਿੰਤਾ ਨੂੰ ਛੱਡ ਕੇ ਅਚਿੰਤ ਹੋ ਕੇ ਉਸ ਵਾਹਿਗੁਰੂ ਦਾ ਚਿੰਤਨ ਕਰ, ਨਾਨਕ ਲੱਗ ਪਾਈ। ਬਸ ਉਹਦੇ ਚਰਨਾਂ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਤੂੰ ਜੁੜਿਆ ਰਹਿ, ਉਹਦੇ ਚਰਨਾਂ ਦੇ ਵਿੱਚੋਂ ਹੀ ਸਾਰੀਆਂ ਦਾਤਾਂ ਮਿਲਦੀਆਂ ਨੇ, ਉਹਦੇ ਚਰਨਾਂ ਦੇ ਵਿੱਚ ਹੀ ਸਾਰੀਆਂ ਰਹਿਮਤਾਂ ਨੇ, ਇਹ ਤੇਰਾ ਕਰਮ ਹੈ। ਬਾਕੀ ਤੂੰ ਚਿੰਤਾ ਛੱਡ ਕੇ ਉਹਦੇ ਚਰਨਾਂ ਦੇ ਨਾਲ ਜੁੜ। ਸਮੇਂ ਅਨੁਸਾਰ ਇਤਨੀ ਸੇਵਾ ਪ੍ਰਵਾਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਜੀ। ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ, ਚਿੰਤਾ ਛੱਡ ਅਚਿੰਤ ਰਹੋ, ਨਾਨਕ ਲੱਗ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜਿਆ ਵਾਧਾਈਆ। ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਨ ਆਈਆ, ਸ਼ਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੁ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਨਹੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ।
वाजे पंच शब्द तित करस पागै, करस पागै शब्द वाजे कला जित कर तारिया, पंच दूत तुद वस कीते काल कंटक मारिया, तुर कर्म पाया तुद जिन कौ से नाम हर के लागे, कह नानक तह सुख हुआ तित कर अनहद वाजे, आनंद सुनहो वड पागी हो सगल मनोरथ पूरे, पार ब्रह्म प्रभ पाया उतरे सगल विसूरे, दुख रोग संताप उतरे सुनी सची बाणी, संत साजन पए सरसे पूरे गुर ते जानी, सुनते पुनीत कहते पवित सतगुर रहे आपार पूरे, बिनवंत नानक गुर चरण लागे वाजे अनहद तूरे, सुनते पुनीत कहते पवित सतगुर रहे आपार पूरे, बिनवंत नानक गुर चरण लागे वाजे अनहद तूरे। श्लोक पवन गुरु पाणी पिता माता तरत महत, दिवस रात दोए दाई दाया खेलै सगल जगत, चंगे आईया बुरे आईया वाचे धर्म हदूर, करमी आपो आपणी के नेड़ै के दूर, जिन्नी नाम ते आया गए मसकत काल, नानक ते मुख उजले केती छुटी नाल, जिन्नी नाम ते आया गए मसकत काल, नानक ते मुख उजले केती छुटी नाल। वाहिगुरु जी का खालसा, वाहिगुरु जी की फतेह।